ਚਾਚੀ ਚਾਚੀ ਆ ਜਾ ਆ ਜਾ ਨਾ ਤੈਨੂੰ ਭਾਬੀ ਦਿਖਦੀ ਚਾਚੀ ਚਾਚੀ ਕਰੀ ਜਾਂਦੇ ਵੀ ਉਹ ਭਾਬੀ ਤਾਂ ਦਿਂਦੀ ਐ ਗੱਲ ਤਾਂ ਚਾਚੀ ਨਾਲ ਕਰਨੀ ਐ ਪਰ ਮੈਂ ਕੀ ਗੱਲ ਕਰਨੀ ਐ ਮੈਨੂੰ ਦੱਸ ਦੇ ਕੀ ਹੋਇਆ ਹੁਣ ਅੱਗੇ ਚਾਚੀ ਛਾਂ 'ਚ ਖੜ ਜਾ ਆ ਜਾ ਧੁੱਪ ਲੱਗੀ ਜਾਂਦੀ ਪਹਿਲੀ ਤਾਂ ਮੇਰੀ ਗੱਲ ਸੁਣ ਤੜਕੇ ਦੇ ਨਾਲ ਤਾਂ ਮੈਂ ਭੁੱਖਾ ਮਰਦਾ ਉਦੋਂ ਮੇਰਾ ਬਾਪ ਭੁੱਖਾ ਮਰਦਾ ਲਾਪਰੀਦ ਨੂੰ ਕਿੰਨੇ ਵਾਰ ਕਹਦਾ ਬੀਬੇ ਰੋਟੀ ਪਕਾ ਕੇ ਦੇ ਦੇ ਅਸੀਂ ਫਿਰ ਖੇਤ ਬਾਗ ਜਾਵਾਂਗੇ ਜਿੱਦ ਫੜੀ ਖੜੀ ਐ ਨਾ ਰਾਤ ਰੋਟੀ ਪਕਾਈਏ ਨਾ ਹੁਣ ਪਕਾਈਏ ਭੁੱਖੇ ਮਰਦੇ ਦੋ ਜਾਨੇ ਅਸੀਂ ਤਾਂ ਨਾ ਮੇਰੀ ਗੱਲ ਸੁਣ ਭਾਈ ਰਾਤ ਤੇਰਾ ਬਾਪ ਆਇਆ ਤੀ ਰੋਟੀ ਖਾ ਗਿਆ ਅਸੀਂ ਤਾਂ ਹੁਣ ਤੁਹਾਡੀ ਗੱਲ ਚਾਉਂਦੇ ਨਹੀਂ ਹੈਗੇ ਗਲਤੀਆਂ ਤਾਂ ਤੇਰੀਆਂ ਨੇ ਸਾਰੀਆਂ ਲਾਪਰੀਦ ਨੇ ਵੀ ਮੈਨੂੰ ਦੱਸਤਾ ਸਾਰਾ ਕੁਝ ਤੂੰ ਵੀ ਖੇਤ ਚੱਲੇ ਜਾਂਦਾ ਕਹੇ ਤੇ ਅਗਲੀ ਰੋਟੀ ਬਣਾ ਕੇ ਦੇ ਦਾਂਦੀ ਕੰਮ ਦਾ ਤਾਂ ਤੂੰ ਡੱਕਾ ਨਹੀਂ ਤੋੜਦਾ ਉਹ ਕਹੇ ਤੇ ਚਾਚੀ ਖੇਤ ਹੀ ਜਾਣ ਲੱਗਿਆ ਸੀ ਮੈਂ ਮੈਨੂੰ ਕਹੀ ਜਾ ਰਹੀ ਸੀ ਖੇਤ ਬਾਗ ਚ ਹੀ ਦਬਾਗ ਜਾ ਮੈਂ ਖੇਰ ਜਾਣ ਲਈ ਤਿਆਰ ਸੀ ਅਗੇ ਕੱਪੜੇ ਬਦਲਦਾ ਨਹੀਂ ਤੂੰ ਕੱਪੜੇ ਨਹੀਂ ਬਦਲਦਾ ਵੀ ਕੱਪੜੇ ਦਾਸ ਕੀ ਹੁੰਦਾ ਉਹਨਾਂ ਨੂੰ ਨਾ ਹੁਣ ਤੂੰ ਸਾਨੂੰ ਕੀ ਦੱਸਣਾ ਆ ਇੱਥੇ ਫੇਰਾ ਉੱਤੋਂ ਦਾ ਸਾਰੀਆਂ ਤੇਰੀਆਂ ਨੇ ਮਾੜੀਆਂ ਹਾਂ ਹਾਂ ਤੁਸੀਂ ਕਹਾਨੂੰ ਮੇਰਾ ਪੱਖ ਲੈਣਾ ਪਈ ਪੁੱਤ ਚਾਹਣਾ ਕੀ ਆ ਦੱਸ ਮੈਂ ਤਾਂ ਚਾਚੀ ਨੂੰ ਕਹਿਣ ਆਇਆ ਵੀ ਚਾਚੀ ਮੇਰੇ ਨਾਲ ਪਹਿਲਾਂ ਘਰੇ ਚੱਲ ਦਾਪੀ ਤੇ ਮੈਂ ਕਰ ਗੱਲ ਕਿਉਂ ਨਹੀਂ ਜਾਂਦੀ ਭਾਬੀ ਲੈ ਉਹ ਤਾਂ ਕਹਿੰਦਾ ਸੀ ਚਾਚੀ ਘਰੇ ਨਾ ਬੜੇ ਸਾਡੇ ਹੁਣੇ ਸਮਝਾਉਣ ਜਾਵੇ ਅੱਛਾ ਮੈਂ ਤਾਂ ਕੋਈ ਨਹੀਂ ਜਾਣਦੀ ਮੇਰੇ ਬੀਬੀ ਨੂੰ ਪੁੱਤ ਕੋਈ ਨਾ ਪਰ ਭਾਬੀ ਗੱਲ ਤਾਂ ਸੁਣ ਲੈ 100 ਗੱਲ ਹੋ ਜਾਂਦੀਆਂ ਘਰਾਂ ਦੇ ਵਿੱਚ ਹਾਂ ਦੱਸ ਤੂੰ ਗੁੱਸੇ 'ਚ 100 ਕੁਸ ਬੋਲਿਆ ਜਾਂਦਾ ਹੈ ਕਿਵੇਂ ਗੁੱਸੇ 'ਚ ਬੋਲਿਆ ਜਾਂਦਾ ਤੂੰ ਸਮਝ ਕੇ ਬੋਲਿਆ ਕਰੀ ਨਹੀਂ ਮਾਹ ਹੋ ਕੇ ਆਪਣੇ ਘਰੇ ਆਇਆ ਤੂੰ ਗੱਲ ਸੁਣ ਉਹ ਦੇ ਤੂੰ ਇਹਦਾ ਪੱਖ ਲਈ ਜਾਨੀ ਆ ਉਹ ਤਾਂ ਤੇਰੀ ਬੇਇੱਜ਼ਤੀ ਕਰਕੇ ਕੱਢਦਾ ਹੁੰਦਾ ਸੀ ਤੈਨੂੰ ਕੋਈ ਗੱਲ ਨਹੀਂ ਪੁੱਤ ਨਾ ਮੇਰੀ ਗੱਲ ਸੁਣ ਪਾਈ ਗਲਤੀਆਂ ਤਾਂ ਤੇਰੀਆਂ ਹੀ ਨੇ ਕੁੜੀ ਪਤਾ ਵੀ ਉਹ ਕਿੰਨੀ ਸਿਆਣੀ ਆ ਨਾਲੇ ਮੇਰੀ ਗੱਲ ਸੁਣ ਲੈ ਅੱਜ ਤਾਂ ਉਹ ਆਕੀ ਹੋਈ ਤੈਨੂੰ ਇੱਕ ਰੋਟੀ ਵੀ ਨਹੀਂ ਦਿੰਦੀ ਕੱਲ ਨੂੰ ਜੇ ਬੋਰੀ ਬਿਸਤਰਾ ਚੱਕ ਕੇ ਆਪਣੇ ਪੈਕੇ ਚੱਲ ਗਈ ਉਹਨੇ ਨਹੀਂ ਮੁੜ ਕੇ ਆਉਣਾ ਹੁਣ ਉਹਨੇ ਵਧੀਆ ਕਰਿਆ ਰੋਟੀ ਨਹੀਂ ਪਕਾਈ ਹੈਗੀ ਹੁਣ ਤਾਂ ਫਿਰ ਦੇਖ ਜਬਕਦਾ ਫਿਰ ਜਬਕਣੀ ਆ ਪਾਈ ਹੁਣ ਖੇਤ ਵੀ ਜਾਣਾ ਮੈਂ ਕੰਮਦਾਨ ਦੇ ਵਿੱਚ ਕਰਨੇ ਨੇ ਹੋਰ ਬਾਹਰ ਅੰਦਰ ਜਾ ਕੇ ਆਉਣਾ ਮੈਂ ਤੂੰ ਖੇਤ ਜਾਵੇਂਗਾ ਤੂੰ ਕਿਉਂ ਪੁੱਠੇ ਕੰਮ ਕਰਦਾ ਹੈ ਫਿਰ ਪੁੱਠੇ ਕੰਮ ਪਤਾ ਨਹੀਂ ਚੱਲਦੀ ਉਹ ਤਾਂ ਗੱਲ ਮੰਨ ਲਿਆ ਕਰ ਉਹ ਤਾਂ ਗੱਲ ਮੰਨ ਲਿਆ ਕਰ ਵਿਚਾਰੀ ਦੀ ਮੈਂ ਖੇਤ ਤੇ ਜਾਂਦਾ ਸੀ ਆ ਕੇ ਕੱਪੜ ਤੈਨੂੰ ਨਾਲੇ ਚਾਚੀ ਪਤਾ ਵੀ ਮੈਂ ਸਾਫ਼ ਸੁਥਰੇ ਕੱਪੜੇ ਪਾ ਕੇ ਰਾਜੀ ਆ। ਨਾ ਕਿਹੜੇ ਕੱਪੜੇ ਪਾ ਕੇ ਜਾਂਦਾ ਤੇ ਆ ਦੱਸ ਖੇਤਾਂ। ਜੀਨ ਦੀ ਪੈਂਟ ਸੀ ਤੇ ਸ਼ਰਟ ਸੀ। ਦੇਖਾ ਦੇਖਾ। ਦੇਖ ਜਿਹਨਾਂ ਨਾਲ ਕੰਮ ਹੁੰਦਾ ਹੁੰਦਾ। ਸਹੀ ਕਹਿੰਦੀ ਸੀ ਉਹ। ਓਹੋ ਚਾਚੀ ਮੇਰੀ ਗੱਲ ਤਾਂ ਸੁਣ ਲੈ। ਭਾਈ ਆੜੀ ਤੇ ਤਾਂ ਮੁੰਡਿਆ ਤੂੰ ਹੁਣ ਵੀ ਨਹੀਂ ਉੱਤਰਦਾ ਹੈ ਨਾ। ਤੇ ਸਾਡੇ ਮੂਰੇ ਨਹੀਂ ਨੀਵਾ ਹੁੰਦਾ ਉਹਦੇ ਮੂਰੇ ਤਾਂ ਕਿੱਥੇ ਹੁੰਦਾ ਹੋਏਗਾ। ਗਲਤੀਆਂ ਤਾਂ ਭਾਈ ਤੇਰੀਆਂ ਨੇ ਅੱਜ ਤੱਕ। ਵਧੀਆ ਵਧੀਆ ਛੁੱਤਰ ਖਾਇਆ ਕਰ ਸਮਾਰਕ ਦਿਨ ਰਾਜ ਛੁੱਤਰ ਪੈਂਤਰ ਤੱਕ ਤਾਂ ਚੰਗਾ ਤੂੰ ਤਾਂ। ਉਹ ਚਾਚੀ ਭਾਬੀ ਗੱਲ ਤਾਂ ਸੁਣ ਲੋ ਮਰੀਆਂ ਤੁਸੀਂ ਤਾਂ ਦੋ ਜਾਨੀਆਂ ਮੇਰੇ ਨਾਲ ਪੈ ਗਈਆਂ ਪਹਿਲਾਂ ਉਹ ਮੇਰਾ ਸਰਖਾ ਦੇ ਦੀ ਤੁਸੀਂ ਗੱਲ ਕਰਦੇ ਉਹਦੇ ਪਾਵਾਂਗੇ ਜਾ ਕੇ ਉਹ ਤਾਂ ਕੋਈ ਗਲਤੀ ਨਹੀਂ ਭੁੱਖਾ ਮਰਦਾ ਆਪ ਤਾਂ ਕੀ ਕਹਿਣ ਵੀ ਚੱਲ ਭਾਈ ਸਾਡੇ ਘਰੇ ਰੋਟੀ ਦਾ ਭੋਰਾ ਖਾਣਾ ਜੇ ਖਾਣੀਆਂ ਮੈਨੂੰ ਭੁੱਖਾ ਰਹਿ ਕਾਤੇ ਮੈਂ ਤੈਨੂੰ ਬਤਾਵਾਂਗੇ ਤੇਰੇ ਬਾਪ ਨੂੰ ਹੱਕ ਮੰਨਦਾ ਚੱਲੋ ਸਿਆਣਾ ਆ ਗਿਆ ਘਰੇ ਉਹਨੂੰ ਖਿਲਾਤੀ ਤੈਨੂੰ ਅਸੀਂ ਕਾਤੇ ਖਿਲਾਵਾਂਗੇ ਅਗਲਾ ਕੀ ਕਹੂਗਾ ਅਗਲੇ ਦਾ ਘਰ ਪੱਟ ਦੀਆਂ ਕਰਦੇ ਬੀਬੀ ਤੂੰ ਅਸੀਂ ਠੇਕਾ ਲਿਆ ਹੋਇਆ ਭਾਈ ਤੇਰਾ ਹੈ ਰੋਟੀ ਦੇਵਾਂਗੇ ਤੈਨੂੰ ਅਸੀਂ ਭਾਬੀ ਭਰਾਵਾਂ ਦਾ ਸੁੱਖ ਵੀ ਕੀ ਹੁੰਦਾ ਗਮਾਣ ਵਾਸਤੇ ਸਾਡਾ ਤਾਂ ਕੋਈ ਸੁੱਖ ਨਹੀਂ ਆਈਗਾ ਹਾਂ ਤੇਨੂੰ ਵਾਸਤੇ ਲਾਪਰੀ ਤਾਂ ਬਾਸ ਤੇ ਤੇਰੇ ਵਾਸਤੇ ਕੋਈ ਹੁੰਦਾ ਕੀ ਆ ਕੀ ਕਰੀਏ ਅਸੀਂ ਮੇਰੀ ਗੱਲ ਸੁਣ ਚਾਚੀ ਪਹਿਲਾਂ ਤਾਂ ਮੇਰੇ ਨਾਲ ਚੱਲ ਲਾਪਰੀ ਦੇ ਨਾਲ ਗੱਲ ਕਰ ਵੀ ਭਾਈ ਗੱਲ ਕੀ ਹੈ ਵਿੱਚ ਸਾਰੀ ਸੁਣ ਹੁਣ ਮੈਂ ਤਾਂ ਆਪਦਾ ਪੱਖ ਰੱਖ ਤਾ ਨਾ ਆਹ ਦੇਖ ਲੈ ਮੈਂ ਤਾਂ ਹੁਣ ਮਕਾਨੀ ਤੀ ਦੇ ਸਾਹਮਣੇ ਤੂੰ ਮੇਰੀ ਇੰਨੀ ਬੇਇੱਜ਼ਤੀ ਕਰਦਾ ਰਿਹਾ ਇਹਨੂੰ ਫੇਰ ਲੱਗੂਗਾ ਪਤਾ ਫਿਰ ਭਾਈ ਐਂ ਦੱਸਦੇ ਭਾਬੀ ਮੇਰੇ ਨਾਲ ਜਾਊ ਕਿਹੜਾ ਅਸੀਂ ਤਾਂ ਜਾਂਦੇ ਨਹੀਂ ਗਮਾਣ ਤੋਂ ਕੋਈ ਮੇਰੇ ਨਾਲ ਨਹੀਂ ਕਰਦਾ ਤੇਰੇ ਚਾਰ ਦਿਨ ਤੋਂ ਬੁਖਾਰ ਹੈ ਵਧੀਆ ਤੈਨੂੰ ਫੇਰ ਲੱਗੂਗਾ ਚੱਲ ਬੁੱਤ ਕੋਈ ਗੱਲ ਨਹੀਂ ਮੈਂ ਚਲਦੀ ਆ ਤੇਰੇ ਨਾਲ ਪਰ ਇਹ ਨਾ ਹੋਵੇ ਉਹਦੇ ਮੂਰੇ ਤੂੰ ਉਹੀ ਐਂਡਾ ਖੜ੍ਹ ਜਾ ਮੈਂ ਤਾਂ ਫੇਰ ਭੇਜੂੰਗੀ ਮੇਰੀ ਬੀਬੀ ਨੂੰ ਜਦ ਤੱਕ ਗੱਲ ਸੁਣਾ ਕੰਮ ਕਰਿਆ ਕਰ ਸਾਰਾ ਜਿਵੇਂ ਲਾਪਰਿਤ ਕਹੂਗੀ ਉਵੇਂ ਕਰਿਆ ਕਰ ਪਾਪੀ ਲੱਛਣੇ ਛੱਡ ਦੇ ਭਾਬੀ ਮੈਂ ਤਾਂ ਗੱਲ ਮੰਨ ਲਈ ਸੀ ਰਾ ਭਰੇਦੀ ਜੀ ਨੂੰ ਪਾ ਕੇ ਖੇਤ ਜਾਂਦੇ ਹੁੰਦੇ ਨੇ ਭਾਬੀ ਖੇਜ ਜਾ ਕੇ ਪੈਂਟ 모ੜ ਕੇ ਵੀ ਤਾਂ ਕੰਮ ਹੋ ਸਕਦੇ ਨੇ ਜ਼ਰੂਰੀ ਥੋੜੀ ਐ ਮੈਂ ਥੱਲੇ ਤੱਕ ਰੱਖਣੀ ਸੀਗੀ ਬੂਟ ਲਾ ਦੇ ਤਾਂ ਸਾਈਡ ਤੇ ਪੈਂਟ ਨੂੰ 모ੜ ਲੈਂਦਾ ਮੈਂ ਨਾ ਗੱਲ ਸੁਣਾ ਜੇ ਲਾਪਰੀ ਤੇ ਕਹੇ ਤਾਂ ਦੂਜੇ ਕੱਪੜੇ ਪਾ ਕੇ ਭੱਗ ਜਾਂਦਾ ਫਿਰ ਕੀ ਫਹਾ ਆ ਜਾਂਦਾ ਦੱਸ ਜੀਨ ਪਾ ਕੇ ਜਾਊਗਾ ਇਹ ਵੱਡਾ ਚਾਚੀ ਮੇਰੀ ਗੱਲ ਸੁਣ ਭਾਬੀ ਤਾਂ ਨਾ ਮੇਰੀਆਂ ਪੁਰਾਣੀਆਂ ਗੱਲਾਂ ਦਾ ਗੁੱਸਾ ਕਰੀ ਖੜੀ ਆ ਤੂੰ ਨਾਲ ਚੱਲ ਲਾਪਰੀ ਤੇ ਨਾਲ ਗੱਲ ਕਰ ਲੈ ਕਿ ਖੇਤ ਕਹਿੰਗੀ ਖੇਤ ਵੀ ਜਾਊਗਾ ਤੇਰਾ ਕੋਈ ਹੋਰ ਕੰਮ ਤਾਂ ਉਹ ਵੀ ਕਰੂੰਗਾ ਕਿ ਰੋਟੀ ਲਾ ਕੇ ਦੇ ਦੇ ਭਾਈ ਭੁੱਖੇ ਮਰੀ ਜਾਂਦੇ ਇਸ ਤਾਂ ਬਾਈ ਮੈਨੂੰ ਤਾਂ ਲੱਗਦਾ ਨਹੀਂ ਤੂੰ ਕਿਤੇ ਮੈਨੂੰ ਵੀ ਨਾ ਜਿਹੜੇ ਬੋਲਚਾਲ ਮਾੜੀ-ਮੋਟੀ ਲਾਪਰੀਤ ਨਾ ਮੇਰੀ ਆ ਉਹ ਵੀ ਵਿਗਾੜ ਦਵੇਂ ਮੈਂ ਉੱਥੇ ਜਾ ਕੇ ਕਹਿ ਦਵਾ ਤੂੰ ਕੱਲ ਨੂੰ ਉਹੀ ਲੱਛਣ ਫੇਰ ਫੜ ਰੱਖੇ ਮੇਰੇ ਮੈਨੂੰ ਇੰਨਾ ਪਤਾ ਵੀ ਉਹ ਕੁੜੀ ਮੇਰਾ ਕਹਿਣਾ ਨਹੀਂ ਮੋੜ ਸਕਦੀ ਅਕਲ ਵਾਲੀ ਆ ਛ ਪਰ ਮੈਨੂੰ ਤੇਰੇ ਤੇ ਭਰੋਸਾ ਨਹੀਂ ਹੈਗਾ ਤੇਰੇ ਪਿੱਛੇ ਲਾ ਕੇ ਬੋਲਾਂਗਾ ਇਹਦੇ ਤੇ ਭਰੋਸਾ ਕਰਨਾ ਵੀ ਨਹੀਂ ਚਾਹੀਦਾ ਹੈਗਾ ਐਨੀ ਤਾਂ ਕਿਸੇ ਕੰਮ ਦਾ ਨਿੰਦੀ ਚੱਲ ਪਰਛਾਈ ਤੂੰ ਮੈਨੂੰ ਬਿਨਾਂ ਗੱਲੋਂ ਮੈਂ ਤਾਂ ਤੇਰੇ ਮੂੰਹ ਤੇ ਨਹੀਂ ਹੁੰਦੀਆਂ ਮੈਂ ਕਿਹੜਾ ਪਿੱਟੇ ਚੇਲੇ ਲਾਣਾ ਚਾਹੁੰਦਾ ਚੁੱਪ ਕਰ ਜਾ ਪੁੱਤ ਚੱਲ ਕੋਈ ਗੱਲ ਨਹੀਂ ਹੁਣ ਪੁੱਠੇ ਨਾ ਪੁੱਠਾ ਹੋ ਕੇ ਨਹੀਂ ਚੱਲਦਾ ਹੈਗਾ ਨਾਲ ਮੇਰੀ ਗੱਲ ਸੁਣਾ ਅਸੀਂ ਆਉਨੇ ਆ ਉਹਨਾਂ ਗੱਲ ਕਰਾਂਗੇ ਪਰ ਜੋ ਗਲਤੀ ਤੇਰੀ ਆ ਮੈਂ ਤੈਨੂੰ ਵੀ ਬੋਲੂਗੀ ਜੇ ਉਹਦੀ ਗਲਤੀ ਹੋਈ ਉਹਨੂੰ ਬੋਲੂ ਪਰ ਉਹਦੀ ਤਾਂ 100% ਗਲਤੀ ਹੈ ਹੀ ਨਹੀਂ ਕੁੜੀ ਦੀ ਤੂੰ ਭਾਵੇਂ ਕਿੰਦੀ ਮੈਂ ਤਾਂ ਕੋਈ ਨਹੀਂ ਆਉਂਦੀ ਮੈਂ ਜਿਹੜੀ ਮੈਂ ਉਹਦੀ ਨਹੀਂ ਹੈ ਮੇਰੇ ਕੋਲ ਤਾਂ ਮੇਰਾ ਸਾਰਾ ਮੈਂ ਸਬਜ਼ੀ ਬਣਾ ਦਵਾਂ ਇਹ ਕੁੜੀ ਨੇ ਸਫਾਈਆਂ ਕਰਨੀਆਂ ਚਾਚੇ ਹੁਣ ਹੀ ਚੱਲ ਮੈਂ ਨਾਲ ਮੈਨੂੰ ਨਹੀਂ ਪਤਾ ਮੈਂ ਤਾਂ ਮੈਂ ਘਰਮ ਕਰਕੇ ਆਉਗੀ ਰੜ ਜਾ ਤੂੰ 2 ਘੰਟੇ ਹੋਰ ਬੈ ਜਾਏਗੀ ਮੇਨੂੰ ਕੰਮ ਆਟਾ ਕੀ ਗੱਲ ਹੈ ਲੈ ਮੈਂ ਘਰਮ ਕਰਨ ਦੇਖ ਹਾਂ ਹਾਂ 2 ਘੰਟੇ ਹੋਰ ਬੈ ਜਾ ਭੁੱਖਾ ਰੜ ਜਾ ਫੇਰ ਰੜ ਨਹੀਂ ਭੁੱਖਾ ਖਬਰ ਨਾਲ ਲਾ ਕੇ ਦੇ ਦੇ ਮੇਨੂੰ ਤਾਂ ਗੁੱਸਾ ਹੁੰਦਾ ਬੀਬੀ ਇਹਦੀਆਂ ਗੱਲਾਂ ਦਾ ਚੱਲ ਕੋਈ ਨਾ ਤੂੰ ਚੱਲ ਮੈਂ ਆਉਣੀ ਆ ਆ ਜੀ ਚਾਚੇ ਕਿਤੇ ਕੰਮਾਂ ਕਰਦੇ ਫੇਰ ਭੁੱਲ ਜੀ ਨਹੀਂ ਨਹੀਂ ਮੈਂ ਆ ਜੂੰਗੀ ਸਬਜ਼ੀ ਬਣਾ ਕੇ ਆਵਾਂ ਤੇਰਾ ਦੇਖ ਹੁਣ ਰੋਟੀ ਵੀ ਨਹੀਂ ਕਣੀ ਭੁੱਖਾ ਮਰਦਾ ਫਿਰਦਾ ਤਾਂ ਕਰਦਾ ਇਹ ਜੇ ਕੰਮ ਨਹੀਂ ਆਉਂਦਾ ਮਰਿਆ ਦੀ ਇਹ ਕੋਈ ਗੱਲ ਨਹੀਂ ਪੁੱਤ ਹੈ ਤਾਂ ਆਪਣੀ ਨੇ ਜੇ ਵਿਗੜ ਪਾਉਗੀ ਆਪਣੀ ਜਲੂਸ ਨਿਕਲੂਗਾ ਲੱਕ ਉਹਦੇ ਘਰ ਦੇ ਵਿੱਚ ਆ ਕੁਝ ਮੈਂ ਤਾਂ ਲਾਪਰੀ ਤੇ ਤਰਸ ਆਉਂਦਾ ਮੈਂ ਤਾਂ ਨਹੀਂ ਜਾਣਦੀ ਹੁੰਦੀ ਹੈਗੀ ਤੈਨੂੰ ਲੱਛੜ ਦੇ ਦੁਬਾਰੇ ਫੇਰ ਲੱਗ ਜੂਗਾ ਕਰਨਾ ਹੁਣ ਰੋਟੀ ਖਣੀ ਭੁੱਖਾ ਮਰਦਾ ਤਾਂ ਆਇਆ ਉਰੇ ਨਹੀਂ ਆਉਂਦਾ ਸੀ ਆਪਣੀ ਚੱਲ ਕੋਈ ਗੱਲ ਨਹੀਂ ਪੁੱਤ ਗੁੱਸਾ ਨਹੀਂ ਕਰੀਦਾ ਜਾਏ ਆਉਨੀਆਂ ਕੀ ਪਤਾ ਸੁਧਰੇ ਜਾਵੇ ਜਾਇਆ ਮੈਂ ਹੁਣ ਆਉਗੀ ਚਾਚੀ ਹੁਣ ਬਣਾਉਗੀ ਦੀ ਰੇਲ ਚੰਗੀ ਤਰ੍ਹਾਂ ਇਹ ਦਿਨ ਕਿੱਥੇ ਹੈ ਲਾਪ੍ਰੀਤਾ ਉਹ ਲਾਪ੍ਰੀਤਾ ਤੇਨੀ ਕਿੱਧਰ ਗਈ ਐ ਓਏ ਆ ਜਾ ਕਿੱਥੇ ਵਾਗੀ ਮੈਨੂੰ ਨਹੀਂ ਪਤਾ ਹਾਂ ਤੈਨੂੰ ਕਿਹਨੂੰ ਪਤਾ ਗਮੰਡੇ ਨੂੰ ਪਤਾ ਹੋਊਗਾ ਚਲੇ ਅੰਦਰ ਬੈਠੀ ਬੋਲੀ ਜਾਂਦੀ ਐ ਕਿ ਮੈਨੂੰ ਨਹੀਂ ਪਤਾ ਆ ਜਾ ਆ ਜਾ ਕੋਈ ਨਾ ਚਾਚੀ ਆਉਂਦੀ ਆ ਕਰੂ ਗੱਲ ਤੇਰੇ ਨਾਲ ਕਰੂ ਸਿੱਧੀ ਤੈਨੂੰ ਤੇਰੀ ਪੁੱਠੇਰਾ ਫੜੇ ਨੇ ਤੈਂ ਨਾ ਰੋਟੀ ਲਾਹੀ ਸਵੇਰ ਦੀ ਨਾ ਰਾਤ ਲਾਹੀ ਐ ਕਰੂ ਚਾਚੀ ਤੇ ਨਾਲ ਆ ਕੇ ਗੱਲ ਹਟਦੀ ਨਹੀਂ ਹੈਗੀ ਆ ਕਿ ਓਏ ਆ ਜਾ ਹੁਣ ਅੰਦਰ ਕੀ ਕਰੀ ਜਾਨੀ ਐ ਨਾ ਸਰਦਾ ਨਹੀਂ ਮੇਰੇ বিনা ਉਦੋਂ ਤਾਂ ਕਿਵੇਂ ਕਰਦਾ ਸੀ ਮਰਨੇ ਮਰ ਜੂ ਤੈਨੂੰ ਬੁਲਾਉਂਦਾ ਨਹੀਂ ਕੀ ਗੱਲ ਆ ਭੁੱਖਾ ਮਰ ਗਿਆ ਵਗ ਜਾ ਹੁਣ ਗਵਾਂਡੀਆਂ ਦਿਖਾਇਆ ਕੋਈ ਨਾ ਚਾਚੀ ਆਉਂਦੀਆ ਕਰੂ ਤੇ ਨਾ ਗੱਲ ਦੱਸੂ ਤੈਨੂੰ ਸਾਰਾ ਕੁਝ ਉਹ ਚਾਚੀ ਕੋੜਾ ਡੀਐਸਪੀ ਲੱਗੀ ਐ ਚਾਹੇ ਚਾਚੀ ਆਜੇ ਚਾਹੇ ਚਾਚੀ ਦਾ ਪਿਓ ਆਜੇ ਚਾਚੀ ਮੂਰੇ ਕਹੀ ਨਾ ਇਹ ਗੱਲ ਫਿਰ ਕਹਿ ਕੇ ਆ ਚਾਚੀ ਨੂੰ ਨਾ ਚਾਚੀ ਨੇ ਤਾਂ ਕਾਹਨੂੰ پتہ ਕੀ ਦੀਆਂ ਗਲਤੀਆਂ ਨੇ ਸਾਰਾ ਕੁਸ ਦੱਸਿਆ ਉਹਨਾਂ ਨੂੰ ਗੱਲ ਮੈਂ ਹੱਥ ਨੇ ਕਰਤ ਉੱਤਾਂ ਦੇ ਰਿਆਂ ਕੋ ਮੇਰੇ ਦੀ ਕੀ ਕਸੂਰ ਆਂਦਾ ਤੇ ਚਾਚੀ ਨੂੰ ਕਹਿ ਕੇ ਵੀ ਖੇਦ ਤੋੜਦੀ ਸੀ ਮੈਨੂੰ ਮੈਂ ਤਾਂ ਭਗ ਜਾਂਦਾ ਸੀ ਖੇਤ ਮੈਂ ਨਾ ਤੇਰੇ ਨਾਲ ਬੋਲਣੀ ਪਸੰਦ ਨਹੀਂ ਕਰਦੀ ਇਹ ਜੇ ਬੰਦੇ ਨਾਲ ਬਹਿ ਜਾ ਨਿਚਲਾ ਜੇ ਬੈਠਾ ਜਾਂਦਾ ਤਾਂ ਕੋਈ ਗੱਲ ਨਹੀਂ ਮੈਂ ਤਾਂ ਬਹਿ ਜਾਊਂਗਾ ਤੂੰ ਕਿਉਂ ਰੋਕਾ ਸਾਹਮਣੇ ਜਲੂਸ ਕਢਵਾਉਣਾ ਹੈ ਚਾਚੀ ਸਾਹਮਣੇ ਕਿੰਨੇ ਮੈਂ ਕਹਦਾ ਜਲੂਸ ਕਢਵਾਉਣਾ ਦੱਸ ਕਢਾਉਣਾ ਜਲੂਸ ਇਹ ਤਾਂ ਆ ਜਾਂਦੇ ਚਾਚੀ ਨੂੰ ਆ ਜਾਂਦੇ ਫੇਰਾ ਆ ਕੀ ਰਾਲਾ ਪਾਇਆ ਹੋ ਤੁਸੀਂ ਆ ਜਾ ਚਾਚੀ ਬਹਿ ਜਾ ਦੱਸਦਾ ਤੈਨੂੰ ਮੈਂ ਕਰ ਪ੍ਰੋਦਾ ਨਹੀਂ ਪਾਈਦਾ ਤੈਨੂੰ ਦੇਖ ਕੇ ਅੰਦਰ ਵਗ ਗਈ ਜੇ ਸੱਚੀ ਹੁੰਦੀ ਲਵੇ ਖੜਦੀ ਨਾ ਹਾਂ ਖੜੀਆਂ ਲਵੇ ਮੈਂ ਤਾਂ ਖੜੀਆਂ ਨਾਲੇ ਤੇਰੇ ਮਗਰ ਬੈਠੀ ਨਹੀਂ ਖੜੀਆਂ ਚਾਚੀ ਪੁੱਤ ਪੁੱਛ ਚਾਚੀ ਕੀ ਗੱਲ ਆ ਸਾਰੀ ਪੁੱਛ ਇਹਨੂੰ ਮੈਂ ਤਾਂ ਤੈਨੂੰ ਅੱਗੇ ਬਖਦਾ ਤੈਨੂੰ ਦੱਸਦਾ ਸੁਣ ਲੈ ਫਿਰ ਇਹਦੀ ਵੀ ਪਹਿਲਾਂ ਮੈਨੂੰ ਇਹ ਦੱਸੇ ਕਿ ਫਰਮਾਇਸ਼ ਲਾ ਕੇ ਆਇਆ ਤੇ ਲਵੇ ਕਹਿੰਦਾ ਮੈਨੂੰ ਰੋਟੀ ਨਹੀਂ ਦਈ ਹੈਗੀ ਮੈਂ ਤਾਂ ਦਿੰਦੀ ਨਹੀਂ ਕੋਰੇ ਕਾਗਜ਼ ਤੇ ਲਿਖਿਆ ਹੁਣੇ ਚੱਕ ਲਿਆ ਲਿਖ ਦਿੰਨੀ ਆ ਆ ਦੇਖ ਲੈ ਆਕਮਲੀ ਮੈਂ ਵਿਆਹ ਕਰਾਇਆ ਸੀਗਾ ਕੀ ਗੱਲ ਸੁਣ ਜਾਂ ਤੂੰ ਗੱਲ ਸੁਣਦਾ ਹੀ ਨਹੀਂ ਹੈਗਾ ਮੰਨਦਾ ਹੀ ਨਹੀਂ ਹੈਗਾ ਫੇਰ ਉਹ ਤੈਨੂੰ ਰੋਟੀਆਂ ਕਿੱਥੇ ਪਕਾ ਕੇ ਦੇਊ ਪੁੱਤ ਮੈਂ ਤਾਂ ਕਿਹਾ ਹੈ ਕਿਤੇ ਤੂੰ ਕਹੇ ਵੀ ਚਾਚੀ ਇਹਦੀਆਂ ਗੱਲਾਂ ਚਾਚੀ ਬਥੇਰਾ ਮੰਨਦਾ ਲੈ ਲੈ ਹਾਂ ਆ ਜਾ ਆਗੀ ਗੱਲਾਂ ਤੇਰੀਆਂ ਗੱਲਾਂ ਚ ਆਊਗੀ ਫਿਰ ਚਾਚੀ ਵੀ ਤੇਰੇ ਕਹਿੰਦੇ ਦੀ ਹੋਇਆ ਤੇਰੇ ਕਿਹਨੂੰ ਰੱਕਾ ਡੇਗੂ ਇਹ ਤਾਂ ਲੈ ਦੇਖ ਲੈ ਲੱਗ ਗਿਆ ਨਾਲ ਮੈਂ ਇਹਨੂੰ ਕਿਹਾ ਵੀ ਕੋਈ ਗੱਲ ਨਹੀਂ ਪੁੱਤ ਮੈਨੂੰ ਤਾਂ ਜੱਸੀ ਮੇਰੀ ਨਾ ਤਾਂ ਪਹਿਲਾਂ ਹੀ ਨਹੀਂ ਤੇ ਆਉਣ ਦਿੰਦੀ ਵੀ ਤੇਰੀ ਬੇਇੱਜ਼ਤੀ ਕਰੂਗਾ ਲੈ ਲੱਗ ਗਿਆ ਉਹੀ ਗੱਲਾਂ ਕਰਨ ਫਿਰ ਚਾਚੀ ਲੈ ਕੇ ਕਾਦੇ ਵਸਤੇ ਆ ਤੈਨੂੰ ਮੈਂ ਬਲਾਉਣ ਕਾਦੇ ਵਸਤੇ ਗਿਆ ਸੀਗਾ ਵੀ ਕੋਈ ਮੇਰੇ ਪੱਖ ਦੀ ਗੱਲ ਕਰੀ ਚਾਚੀ ਦਾ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹੂਗੀ ਚਾਹੇ ਬੁਰੀ ਲੱਗੇ ਉਹ ਤਾਂ ਮੇਰੇ ਵਰਗੀ ਖੜੀ ਆ ਜੀ ਅੱਛਾ ਤੈ ਰਾਤ ਰੋਟੀ ਨਹੀਂ ਲਾਈ ਸਵੇਰੇ ਨਹੀਂ ਲਾਈ ਤੂੰ ਸੱਚੀ ਐ ਮੈਂ ਮਾੜਾ ਇਹ ਹੁਣ ਵੀ ਨਹੀਂ ਲਾਉ ਮੈਂ ਤਾਂ ਬਈ ਆਪਲਾਪਰੀ ਦੇ ਨਾਲ ਆ ਜੇ ਤੂੰ ਨਹੀਂ ਸੁਧਰੇਗਾ ਭਾਈ ਰੋਟੀ ਤਾਂ ਤੈਨੂੰ ਫਿਰ ਮਿਲਣੀ ਨਹੀਂ ਸੁਧਰੇ ਭਾਵੇਂ ਨਾ ਸੁਧਰੇ ਨਾ ਤਾਂ ਮੈਂ ਪੇਕੇ ਜਾਵਾਂ ਨਾ ਲਾਵਾਂ ਰੋਟੀਆਂ ਮੇਰਾ ਘਰ ਹੈ ਮੇਰਾ ਇਸ ਘਰ ਚ ਆਦਦਾ ਮੈਂ ਤਾਂ ਇੱਥੇ ਹੀ ਰਹੂੰਗੀ ਮੈਨੂੰ ਤਾਂ ਪਕਾ ਕੇ ਖਵਾਓ ਮੈਂ ਤਾਂ ਬਈ ਫਿਰ ਹੋਰ ਲਿਆਉਣਾ ਉਹ ਰੋਟੀ ਲਾ ਕੇ ਖਵਾਦਾ ਗੁਰੂ ਮੈਨੂੰ ਮੇਰੇ ਹੁੰਦੇ ਤੇਰੀ ਹੁੰਦੀ ਦੇ ਕੀ ਹੋਣੀ ਭੂਗੀ ਫਿਰ ਹੋਰ ਲਿਆਉਣ ਵਾਲਿਆਂ ਦੇ ਘਰ ਘਰ ਬਹੁਤ ਦੂਰ ਨੇ ਲਿਆਏਗਾ ਤੂੰ ਹੋਰ ਵੱਡਾ ਰਾਂਝਾ ਤੇਰੇ ਆਉਗੀ ਹੂਰ ਪਰੀ ਕੰਡੇ ਵੀ ਜੀ ਨਹੀਂ ਪਹਿਣਗੇ ਫਿਰ ਜਦੋਂ ਹਰਦੀ ਨਹੀਂ ਮਿਲ ਗਈ ਮੇਰੇ ਵਰਗੀ ਤੇਰੇ ਬਸ ਤੈਨੂੰ ਮੈਂ ਮਿਲ ਗਿਆ ਸਾਉ ਬੋਲੀ ਜਾਨੀ ਆ ਹਾਂ ਜਿਹੜਾ ਸਾਉ ਤੇਰੇ ਪੱਲੇ ਪੈ ਗਿਆ ਹੁਣ ਚੁੱਪ ਕਰ ਜਾ ਬੋਲੀ ਕਾਤੇ ਜਾਨਾ ਦੇਖ ਤਾਂ ਲੈ ਚਾਚੀ ਜ਼ਬਰ ਜਬਰ ਬੋਲੀ ਜਾਂਦੀ ਹੈ ਰਾਤ ਨੂੰ ਲਈ ਹੁਣ ਲਈ ਕਿ ਅਥਰੇ ਫੇਰ ਨਹੀਂ ਲਾਉਂਦੀ ਹੈਗੀ ਗੁਰਦੁਆਰੇ ਵਾਜਣਾ ਮੈਂ ਤੇ ਮੇਰਾ ਪਿਓ ਫਿਰ ਅਸੀਂ ਕਿੱਧਰ ਜਾਈਏ ਕਿਤੇ ਮਰਜੀ ਜਾਓ ਗੁਰਦੁਆਰੇ ਲੰਗਰ ਛਕਿਓ ਠੀਕ ਹੈ ਗਵਾਂਡੀਆਂ ਦੇ ਖਾਇਓ ਜਿਹਦੇ ਨਾਲ ਤੁਹਾਡਾ ਪ੍ਰੇਮ ਪਿਆਰ ਹੈ ਉਹਨਾਂ ਦੇ ਛੱਕਿਓ ਨਾ ਕੋਈ ਤਖਵਾਊਗਾ ਤੁਹਾਨੂੰ ਨੰਗਾ ਨੂੰ ਮੇਰੀ ਗੱਲ ਸੁਣ ਤੂੰ ਤਾਂ ਕਹਿੰਦਾ ਸੀ ਮੇਰੇ ਕੋਲ ਇੰਨਾ ਪੈਸਾ ਐ ਆਏ ਆ ਮੈਨੂੰ ਉਦੋਂ ਬੋਲਦਾ ਸੀ ਫਿਰ ਹੁਣ ਤੂੰ ਢਾਬੇ ਤੇ ਜਾਂ ਹੋਟਲ ਤੇ ਖਾਇਆ ਹੁੰਦਾ ਰੋਟੀ ਹੁਣ ਤੂੰ ਤਾਂ ਇਹਦੇ ਢਾਬੇ ਦੇ ਰੈਸਟੋਰੈਂਟ ਨੇ ਉਹ ਚਾਚੀ ਖਾਦਾ ਢਾਬੇ ਤੇ ਰੈਸਟੋਰੈਂਟਾਂ ਦਾ ਵੀ ਲਮਾ ਪਰ ਚੱਕਰ ਕੀ ਆ ਬਾਹਰ ਦਾ ਖਾਣਾ ਖਾ ਕੇ ਬਿਮਾਰ ਨਹੀਂ ਹੋ ਜੂਗਾ ਮੈਂ ਤਾਂ ਕਰਕੇ ਘਰ ਦੀ ਰੋਟੀ ਖਾਣੀ ਪਸੰਦ ਕਰਦਾ ਮੈਂ ਆ ਤਾਂ ਫਿਰ ਬਹੁਤ ਵਧੀਆ ਗੱਲ ਹੈ ਜੇ ਤੁਸੀਂ ਬਿਮਾਰ ਹੋ ਜਾਓਗੇ ਤਾਂ ਤੁਸੀਂ ਇਹੀ ਤਾਂ ਭਾਲਦੇ ਹੋ ਵੀ ਪੀਜੀਆ ਦਾ ਕਿਹੜਾ ਕਦੋਂ ਲੱਗੇ ਨਾਲੇ ਤੁਸੀਂ ਤਾਂ ਬਾਪੂ ਦੇ ਗੋਡੇ ਵੀ ਪੀਜੀਆ ਤੇ ਪੁਆਉਣ ਨੂੰ ਫਿਰਦੇ ਸੀ ਫੇਰ ਕੀ ਹੋ ਗਿਆ ਚੱਲ ਜੇ ਬਾਪੂ ਦੇ ਗੋਡੇ ਨਾਲ ਅੱਜ ਪੁਆਉਣਾ ਨਹੀਂ ਕਰਾਤਾ ਆਪਦਾ ਲਾਜ ਪੀਜੀਆ ਤੇ ਕਰਾ ਲਿਓ ਨਾ ਕਰਾ ਲੂਗਾ ਫਿਰ ਪੀਜੀਆ ਲਾਜ਼ਮ ਹੈ ਐਡੀ ਵੀ ਕੀ ਗੱਲ ਐ ਤਾਂ ਅਸੀਂ ਤਾਂ ਗਿਆ ਸੀ ਬਾਪੂ ਨੂੰ ਬਾਵੇ ਤੂੰ ਵੀ ਹੁਣ ਚੁੱਪ ਕਰ ਜਾ ਬੋਲਣੋਂ ਤੂੰ ਵੀ ਨਹੀਂ ਹਟਦਾ ਹੈਗਾ ਗਲਤੀ ਇਹ ਜਿਹੇ ਕਰ ਦਿਆ ਚਾਚੀ ਇਹ ਨੀਕੀ ਟੱਕੜ ਦਿੰਦੀ ਐ ਮੇਰੀਆਂ ਗੱਲਾਂ ਬੁਰੀਆਂ ਹੋ ਗਈਆਂ ਤੇਰੀਆਂ ਗੱਲਾਂ ਸ਼ਹਿਦ ਵਰਗੀਆਂ ਹਨਾ ਮੇਰੀਆਂ ਕੌੜੀਆਂ ਜ਼ਹਿਰ ਵਰਗੀਆਂ ਕੋਈ ਗੱਲ ਨਹੀਂ ਪੁੱਤ ਚੁੱਪ ਕਰ ਜਾ ਤੁਸੀਂ ਹੁਣ ਲੜਾਈ ਮਿਟਾਉਣੀ ਇਹਨੂੰ ਦੱਸ ਪਈ ਕੀ ਗੱਲ ਕਰਨੀ ਹੈ ਕੀ ਨਹੀਂ ਕਰਨੀ? 10 ਵਾਲਾ ਪ੍ਰੀਤ ਕੀ ਕਹਿਣਾ ਪੁੱਤ? ਅੱਗੇ ਤੋਂ ਮੈਂ ਵੀ ਨਹੀਂ ਇਹਦੇ ਕਹਤੇ ਆਉਣਾ ਅੱਜ ਤਾਂ ਮੈਂ ਆ ਗਈ। ਮੈਂ ਤਾਂ ਲੜਾਈ ਖਤਮ ਕਰਨਾ ਚਾਹੁੰਦੀ ਆ। ਇਹਨੂੰ ਪੁੱਛ ਲੋ ਕੀ ਚਾਹੁੰਦਾ ਇਹ? ਉਹ ਮੈਂ ਵੀ ਚਾਹਣਾ ਵੀ ਲੜਾਈ ਖਤਮ ਹੋਵੇ। ਕਰਦਾ ਹੱਸਦੇ ਬਸ ਦੀ ਚੰਗੇ ਲੱਗਦੇ ਨੇ ਆਹੋ ਪੱਕਾ। ਸੌਂ ਖਾ ਮੇਰੀ ਵੀ ਲੜਾਈ ਖਤਮ ਕਰੇਗਾ। ਓਏ ਆਹੋ ਸੌਂ ਲੱਗੇ ਖਤਮ ਹੀ ਕਰਨੀ ਐ। ਚਲੋ ਠੀਕ ਐ ਫਿਰ। ਲੜਾਈ ਖਤਮ ਕਰਨ ਦਾ ਤੁਹਾਨੂੰ ਇੱਕ ਹੱਲ ਦੱਸਦੀ ਆ ਮੈਂ। ਐਤੋਂ ਵਧੀਆ ਹੱਲ ਕੋਈ ਨਹੀਂ। ਦੱਸ ਚੱਲ ਕੀ ਐ? ਪਹਿਲਾਂ ਮੇਰੀ ਪੂਰੀ ਗੱਲ ਸੁਣ ਲਓ ਵਿੱਚ ਭੌਂਕਿਓ ਨਾ ਗੱਲ ਮੇਰੀ ਇਹ ਐ ਇੱਕ ਤਾਂ ਚਾਚੀ ਇਹਦੇ ਕੱਪੜੇ ਜਿਹੜੇ ਇਹਨੂੰ ਕੱਪੜੇ ਮੈਂ ਕੱਢ ਕੇ ਦਊਂਗੀ ਉਹ ਇਹ ਕੱਪੜੇ ਪਾਊਗਾ ਠੀਕ ਐ ਜਿੱਥੇ ਇਹਨੇ ਜਾਣਾ ਮੈਥੋਂ ਪੁੱਛ ਕੇ ਜਾਊਗਾ ਤੇਲ ਪਾਉਣ ਵਾਸਤੇ ਪੈਸੇ ਵੀ ਮੈਥੋਂ ਮਿਲਣਗੇ ਸਾਰੇ ਘਰ ਦੀ ਕਬੀਲਦਾਰੀ ਮੈਂ ਫੜੂੰਗੀ ਠੀਕ ਆ ਭਾਈ ਦੇਖ ਲੈ ਹੁਣ ਕੁੜੀ ਜਿਹੜਾ ਕੁਝ ਕਹਿੰਦੀ ਐ ਜੇ ਤੈਨੂੰ ਮਨਜ਼ੂਰ ਆ ਹਾਂ ਚਾਚੀ ਇਹ ਜੇ ਮਨਜ਼ੂਰ ਵਾਲੀ ਕੀ ਗੱਲ ਐ ਇਹ ਤਾਂ ਗੁਲਾਮ ਹੋਣਾ ਚਾਹੁੰਦੀ ਆ ਆਪਦਾ ਵੀ ਕੱਪੜੇ ਮੈਥੋਂ ਪੁੱਛ ਕੇ ਪਾਵੇ ਜੇ ਬਾਹਰ ਜਾਣਾ ਕਿਤੇ ਤਾਂ ਮੈਥੋਂ ਪੁੱਛ ਕੇ ਜਾਵੇ ਤੇ ਮੋਟਰਸਾਂ ਤੇ ਤੇਲ ਪਾਉਣਾ ਗੱਡੀ 'ਚ ਤੇਲ ਪਾਉਣਾ ਮੈਥੋਂ ਪੁੱਛ ਕੇ ਜਾਵੇ ਆਖਿਰ ਇਹ ਤਾਂ ਹਾਲ ਹੀ ਹੀ ਆਇਆ ਜੇ ਤਾਂ ਹੱਲ ਕਿਵੇਂ ਆ ਜਨਾਨੀ ਆ ਤੇ ਘਰ ਫੜਾਦਾ ਘਰ ਡੁੱਬ ਗਿਆ ਸਮਝੋ ਤੇਲੀ ਗੱਡੀ ਖੜਾ ਬੱਫੜਾ ਕੇ ਕੀ ਕਰ ਲਿਆ ਸੀ ਨੇ ਬੇੜਾ ਮੰਨ ਲਾਤਾ ਬਹਿ ਜਾ ਗੁੱਤੇ ਤੂੰ ਬਹਿ ਜਾ ਬਾਪ ਇਹ ਨਹੀਂ ਲੱਛ ਰੋਟੀ ਖਾਣ ਦੇ ਕਿਵੇਂ ਲੜਨ ਨੂੰ ਤੂੰ ਉਹਦੀ ਗੱਲ ਤਾਂ ਕੋਈ ਮੰਨਦਾ ਨਹੀਂ ਕਰਦੀ ਚਾਚੀ ਇਹ ਤਾਂ ਇਹ ਬੰਦਾ ਮੇਰੇ ਰੱਖ ਕੇ ਰਾਜੀ ਨਹੀਂ ਇਹ ਤਾਂ ਦੂਜੀ ਲਿਆਉਣ ਨੂੰ ਫਿਰਦਾ ਮੈਥੋਂ ਸੁਣ ਲੋ ਖੜੀਆਂ ਜੇ ਤੂੰ ਆ ਗੱਲਾਂ ਨੇ ਨਾ ਤਾਂ ਲੈ ਹੀ ਵੀ ਆਉਂ ਫਿਰ ਇਹ ਵੀ ਨਹੀਂ ਆਉਗੀ ਮੇਰੀ ਸੌਕਣ ਕੋਈ ਆਉਗੀ ਨਹੀਂ ਕੀ ਫਿਰ ਹਾਂ ਮੈਂ ਤੇਰੇ ਗੱਲਾਂ ਨਾ ਬਈ ਕਿਹੜਾ ਜੀ ਬੀ ਰੋਟੀ ਟੁੱਕੇ ਲਾਗਦੇ ਨੇ ਚਾਚੀ ਆਈ ਹੈ ਚੱਲ ਮੈਂ ਗੱਲਾਂ ਨਿਵੇੜਦੀ ਆਉਂਦੀ ਆਉਗੀ ਰੋਟੀ ਟੁੱਕ ਸਾਰਾ ਕੁਝ ਕਰੂੰਗੀ ਤੇਰੇ ਕੱਪੜੇ ਵੀ ਪ੍ਰੈਸ ਕਰੂੰਗੀ ਤੇਰੇ ਪੈਰ ਵੀ ਤੋਤੋ ਪਿਊਂਗੀ ਹੋਰ ਛੱਡ ਪਰ ਤਾਂ ਜੇ ਤੂੰ ਸਾਰੀਆਂ ਮੇਰੀਆਂ ਗੱਲਾਂ ਮੰਨੇਗਾ ਤਾਂ ਨਾ ਇਹ ਕਿਹੜਾ ਕੋਈ ਮਾੜੀ ਗੱਲ ਕਹਿੰਦੀ ਆ ਚੰਗੀ ਉਹ ਕਹਿੰਦੀ ਆ ਬਈ ਜੇ ਚਾਚ ਜਦਾ ਬੰਦਾ ਹੁੰਦਾ ਮੈਂ ਜਮਾਂ ਨਾ ਕਹਿੰਦੀ ਚਾਚੀ ਖਰਚਾ ਨਾ ਕਰਦਾ ਜੇ ਆ ਪਹਿਲਾਂ ਤਾਂ ਗੱਡੀ ਰਾਜੀ ਦਾ ਹੈਗੇ ਨੂੰ ਮ ਇਹ ਤੇ ਲੱਗੀ ਜਾਂਦੀ ਐ ਵੀ ਚੀਜ਼ ਕਦੇ ਸੰਦ ਜਦੋਂ ਖੜਾ ਹੈ ਉਹਦਾ ਟੌਰ ਬਣਦੀ ਐ ਕਿ ਬੇਇੱਜ਼ਤੀ ਹੁੰਦੀ ਐ ਆ ਹੀ ਦੇਖੋ ਪਹਿਲੇ ਆ ਹੀ ਨਹੀਂ ਤੇਰੇ ਤਾਂ ਫੁਕਰਪਣੇ ਜਾਣੇ ਆ ਤਾਂ ਹੀ ਤਾਂ ਘਰ ਚ ਕਲੇਸ ਹੁੰਦਾ ਏ ਉਹਨੂੰ ਪਾਗਲ ਨਹੀਂ ਹੈਗੀ ਜਿਹੜੀ ਤੇਰੇ ਨਾਲ ਲੜਦੀ ਆ ਚਾਚੀ ਮੈਂ ਤਾਂ ਉਹਨੂੰ ਜੱਲਿਆ ਠੀਕ ਐ ਤੁਸੀਂ ਆਪ ਜਿਹੜੀ ਗੱਲ ਕਰਨੀਆ ਕਰ ਲਓ ਜਿਹੜਾ ਕੁਝ ਬੰਨੇ ਸਰੇ ਲੱਗੀ ਗੱਲ ਮੈਨੂੰ ਦੱਸ ਦਿਓ ਭਾਈ ਠੀਕ ਐ ਸਤੋਕਾਂ ਨੂੰ ਲੱਗੋਗੇ ਮੇਰੇ ਤੇ ਬਖਦੀ ਗੱਲ ਨਹੀਂ ਕਰਦਾ ਕਿ ਮੇਰੀ ਗੱਲ ਸੁਣ ਇਹ ਆਪਣੀਆਂ ਪਕਾ ਕੇ ਖਾ ਲਿਆ ਕਰ ਫਿਰ ਤੂੰ ਪਕਾ ਕੇ ਖਾ ਲਿਆ ਕਰ ਜੇ ਤੇਰੇ ਅੱਗੇ ਮੈਨੂੰ ਚੜਵਾਉਂਦਾ ਮੈਂ ਤਾਂ ਲੈ ਆਉਂ ਫਿਰ ਮੈਨੂੰ ਤਾਂ ਰੋਟੀ ਪਕਾਉਣ ਦੀ ਲੋੜ ਨਹੀਂ ਮੈਂ ਤਾਂ ਜਿਹਦੇ ਮਰਜ਼ੀ ਸਾਰੇ ਪਿੰਡ ਚ ਜਾ ਕੇ ਰੋਟੀ ਖਾਇਆ ਵਾ ਮੈਨੂੰ ਤਾਂ ਕੋਈ ਕੰਜਰ ਜਵਾਬ ਨਹੀਂ ਦਿੰਦਾ ਇਹ ਖਾ ਕੇ ਦਿਖਾਉਣ ਪਿਆ ਪੁੱਤਾ ਫਿਰ ਤਾਂ ਬਾਪੂ ਨੂੰ ਤਾਂ ਤਾਂ ਵੀ ਤੁਹਾਡੇ ਵਰਗੇ ਨੇ ਕੱਲ ਖਵਾਤੀ ਚ ਜਾਲ ਅੱਜ ਬਾਪੂ ਵੀ ਭੁੱਖਾ ਫਿਰਦਾ ਹੈ ਦੇਖ ਲੈ ਆਹ ਹੁੰਦੀ ਹੈ ਘਰ ਵਾਲੀ ਜਿਹੜੀ ਕਹਿੰਦੀ ਕਿਸੇ ਮਰਜ਼ੀ ਜਾ ਕੇ ਖਾਏ ਨਹੀਂ ਐ ਨਹੀਂ ਹੈਗਾ ਵੀ ਮੈਂ ਲਾ ਕੇ ਦੂੰ ਘਰੇ ਮੈਂ ਨਹੀਂ ਲਾਉਂਦੀ ਮੈਂ ਨਹੀਂ ਲਾ ਜੋਰ ਲਾ ਲੋ ਜੋਰਾ ਜਿਹੜਾ ਲੱਗਦਾ ਤੁਹਾਡੇ ਤੋਂ ਲਾ ਪ੍ਰੀਤਾਂ ਕਹਿੰਦਾ ਆਪਣਾ ਦਿਮਾਗ ਖਰਾਬ ਕਰਿਆ ਮੈਂ ਹੁਣ ਤੱਕ ਭੋਲੀ ਰਹੀ ਤਿੰਨ ਸਾਲ ਹੋ ਗਏ ਮੈਂ ਕੀ ਖੱਟ ਲੈ ਮੈਨੂੰ ਐ ਦੱਸ ਤੋ ਕੀ ਮਿਲ ਗਿਆ ਮੈਨੂੰ ਕੀ ਮਿਲਿਆ ਕੀ ਨਹੀਂ ਸੂਟ ਤੂੰ ਪਾਉਣੀਆਂ ਚੱਕ ਕੇ ਉਹਨੂੰ ਚੱਕ ਮਾਂ ਮਾੜੀ ਚੀਜ਼ ਤੈਨੂੰ ਮੈਂ ਕੋਈ ਦਵਾਉਂਦੇ ਨਹੀਂ ਹੈਗਾ ਜਿਹੜੀ ਚੀਜ਼ ਕਹਿੰਦੀ ਹਾਜ਼ਰ ਮੈਂ ਤੈਨੂੰ ਪਹਿਲਾਂ ਕਰ ਬਸ ਕਰ ਬਸ ਕਰ ਕਿਉਂ ਗੱਪ ਰੋੜਦਾ ਲੋਕਾਂ ਕੋਲੇ ਰੋੜਨ ਆ ਲੈ ਤੂੰ 53 53000 ਦੇ ਸ਼ੂਟ ਪਾਉਂਦੀ ਐ ਆਹ ਦੇਖ ਲੈ 500 ਦਾ ਸਾਰਾ ਸੂਟ ਆਇਆ ਥੀ ਦੇਖ ਲੈ 53000 ਪਿੱਛੇ ਜ਼ੀਰੋਆਂ ਉਹੀ ਲਾ ਦਿੰਦਾ ਲੋਕਾਂ ਨੂੰ ਕਹਿਣਾ ਪੈਂਦਾ ਫੇਰ ਜੇ ਗੋਸ਼ਟੀ ਸੋਚਾਂਗੇ ਫੇਰ ਹੀ ਕੋਈ ਚੀਜ਼ ਬਣਦੀ ਹੁੰਦੀ ਹੈ ਨਾ ਫੇਰ ਤੈਨੂੰ ਕੋਈ ਪੈਸੇ ਦੇ ਜੁਗਾ ਕੇ ਜੇ ਤੂੰ ਇਹ ਕੰਚੂਠ ਬੋਲੇਗਾ ਸੱਚੀ ਮੈਂ ਤਾਂ ਚੱਲਿਆ ਛੋਡ ਲੈ ਭਈਆ ਪਿੱਛੇ ਸੇ ਆਪਾਂ ਮੈਨੂੰ ਦੇਖਣੀ ਆਂ ਵਗ ਜਾ ਉਰੇ ਆਈ ਨਾ ਮੁੜ ਕੇ ਆਉਂਗਾ ਆਉਂਗਾ ਬੜੀ ਨਾ ਉਰੇ ਮੇਰੇ ਘਰੇ ਨਾ ਪੁੱਤਾ ਕਿਸੇ ਥਾਂ ਦਾ ਮਲੰਗ ਮੈਂ ਤਾਂ ਪੁੱਤਾ ਆਉਣਾ ਹੀ ਨਹੀਂ ਦੀ ਤਾ ਸੌ ਲੱਗੇ ਇਸ ਬੰਦੇ ਨੇ ਤਾਂ ਮੈਨੂੰ ਤਪਾ ਮਾਰ ਰੱਖਿਆ ਚਾਚੀ ਮੈਂ ਤਾਂ ਕਦੇ ਕੁਝ ਖਾ ਕੇ ਮਰ ਜੂਗੀ ਹੁਣ ਬਾਪੂ ਆ ਗਿਆ ਟਾਈਮ ਤੇ ਬਾਪੂ ਨਹੀਂ ਆਇਆ ਹੈਗਾ ਚਲੋ ਵੀ ਸਿਆਣਾ ਕੀ ਕਰੇ ਮਰਜਾਈ ਤੂੰ ਕਿਵੇਂ ਇੱਧਰ ਕਿਹੜਾ ਮਾਰਿਆ ਨਾਲੋਂ ਬਾਬਾ ਕਿਵੇਂ ਬਾੜੀ ਫੋਟ ਫੋਟ ਕਰਦਾ ਜਾਂਦਾ ਸੀ ਮੈਂ ਤਾਂ ਘਰ ਆਈ ਤੀਗੀ ਮੇਰੇ ਕੋਲ ਜਾ ਕੇ ਕਹਿੰਦਾ ਲਾਪਰੀ ਤੇਨੇ ਸਾਨੂੰ ਰੋਟੀ ਨਹੀਂ ਦੇਈ ਬਾਪ ਪੁੱਤ ਨੂੰ ਤੂੰ ਜਾ ਕੇ ਸਮਝਾ ਕੇ ਆ ਵੀ ਰੋਟੀ ਬਣਾਵੇ ਕਹਿੰਦਾ ਨਾ ਰਾਤ ਬਣਾਈਆ ਨਾ ਹੁਣ ਬਣਾਈਆ ਮੈਂ ਖਾ ਭਈ ਰਾਤ ਤੇ ਤੇਰਾ ਬਾਪ ਮੇਰੇ ਸਾਡੇ ਘਰੇ ਬਹਿ ਕੇ ਖਾ ਗਿਆ ਤੀ ਹੁਣ ਮੈਨੂੰ ਸਵੇਰ ਦਾ ਪਤਾ ਨਹੀਂ ਬਾਕੀ ਮੈਂ ਕਿਹਾ ਜੇ ਤੇਰੀਆਂ ਗਲਤੀਆਂ ਹੋਈਆਂ ਤਾਂ ਮੈਂ ਲਾਪਰੀ ਤਨੂੰ ਵੀ ਕਹੂੰਗੀ ਭਾਈ ਉਹ ਵੀ ਤੈਨੂੰ ਬੋਲੂਗੀ ਪਰ ਉਹ ਕਿੱਥੇ ਉਹ ਤਾਂ ਫੇਰੜੀ ਕਰਕੇ ਬੈਠਾ ਇਹ ਦੇਖ ਲੈ ਕਿੰਨਾ ਬੋਲ ਕੇ ਗਿਆ ਉੱਪਰ ਜਾਈ ਸਮਝਾਉਣ ਨੂੰ ਆਪਣੀ ਨੂ ਕਿਹੜਾ ਕਮਲੀ ਆ ਵਿਚਾਰੀ ਇਹ ਤਾਂ ਸਿਆਣੀ ਐ ਕੰਜਰ ਤਾਂ ਸਾੜਾ ਇਹ ਐ ਹੁਣ ਤੈਨੂੰ ਮੈਂ ਦੱਸਦਾ ਇਹਨੂੰ ਤਾਂ ਐ ਵੀ ਬਾਪੂ ਨੂੰ ਰੋਟੀ ਦਿੱਤੀ ਨਹੀਂ ਉਹਨੇ ਪਕਾ ਕੇ ਇਹਨੇ ਤਾਂ ਵਿਚਾਰੀ ਨੇ ਮੈਨੂੰ ਰੋਟੀ ਟਾਈਮ ਸਰ ਪਕਾ ਕੇ ਦਿੱਤੀ ਹੈ ਤੇ ਨਾਲੇ ਆ ਦੇਖ ਆ ਚਿੱਟੇ ਪਾਈ ਬੈਠਾ ਪ੍ਰੈਸ ਕਰਕੇ ਕੱਪੜੇ ਦਿੱਤੇ ਇਹ ਵਿਚਾਰੀ ਹੋਰ ਕਿਵੇਂ ਕਰੇ ਜੇ ਕੰਜਰ ਚੱਜ ਦਾ ਹੋਵੇ ਨਾ ਇਹਨੂੰ ਵੀ ਉਮਝ ਮੈਂ ਟਾਈਮ ਤੇ ਰੋਟੀ ਪਾਣੀ ਮਿਲੇ ਪਰ ਇਹ ਚੱਜ ਦਾ ਹੈ ਨਹੀਂ ਅੱਛਾ ਭਾਜੀ ਉਹ ਤਾਂ ਮੈਨੂੰ ਚੱਲ ਪਤਾ ਹੀ ਤੀਗਾ ਵੀ ਲਾਪਰੀ ਤੁਹਾਨੂੰ ਭੁੱਖੇ ਨਹੀਂ ਰੱਖ ਸਕਦੀ ਹੈਗੀ ਰੋਟੀ ਤਾਂ ਤੁਹਾਨੂੰ ਟਾਈਮ ਨਾ ਦੇਤੀ ਹੋਣੀ ਆ ਪਰ ਇੱਕ ਗੱਲ ਵਧੀਆ ਬਾਪੇ ਨੂੰ ਆਏ ਡਰਾਬਾ ਦੇ ਕੇ ਰੱਖੋ ਤਾਂ ਹੀ ਸੁਧਰੂਗਾ ਉਹ ਹਾਂ ਪਰ ਜਾਈ ਸਮੇਂ ਇਹ ਗੱਲ ਤੂੰ ਵੀ ਰੱਖੀ ਕਹ ਉਹ ਤਾਂ ਤੇਰੇ ਬਾਪ ਦੀ ਜ਼ਬਾ ਸੇਵਾ ਨਹੀਂ ਕਰਦੀ ਭਾਈ ਉਹ ਤਾਂ ਮੰਨ ਹੀ ਨਹੀਂ ਮੇਰੇ ਕਹਿਣ ਤੇ ਵੀ ਤੇ ਤੂੰ ਸੁਧਰ ਜਾ ਜੇ ਮਾਣਾ ਮੋਟਾ ਉਹ ਤਾਂ ਕੋਈ ਰੋਟੀ ਪਾਣੀ ਤੇਰੇ ਪਿਓ ਨੂੰ ਚੰਗਾ ਦਵਾਉਣਾ ਨਹੀਂ ਤੇਰੇ ਪਿਓ ਨੂੰ ਰੋਟੀ ਰੁੱਟੀ ਨਹੀਂ ਦਿੰਦੀ ਉਹ ਇਹਦਾ ਮੇਰੇ ਕੋਲ ਇੱਕ ਹੋਰ ਤਰੀਕਾ ਵੀ ਹੈਗਾ ਬਾਪੂ ਜੀ ਉਹ ਤਾਂ ਮੈਂ ਚਾਹੁੰਦੀ ਨਹੀਂ ਹੈਗੀ ਵੀ ਤੁਹਾਨੂੰ ਪਿੰਡ ਵਾਲੇ ਮਤਲਬ ਐਵੇਂ ਕਹਿਣ ਵੀ ਪਤਾ ਨਹੀਂ ਇਹਨਾਂ ਦੀ ਨੂੰ ਸੱਚੀ ਨਹੀਂ ਕੱਪੜੇ ਧੋਂਦੀ ਮੈਨੂੰ ਬੁਰਾ ਕਹਿ ਦੇਣਗੇ ਪਰ ਆਪਾਂ ਨੂੰ ਇਹਨੂੰ ਸਮਝਾਉਣ ਵਾਸਤੇ ਬਹੁਤ ਕੁਝ ਕਰਨਾ ਪਊਗਾ ਤੁਸੀਂ ਨਾ ਐਂ ਕਰੋ ਤੁਸੀਂ ਨਵੇਂ ਕੱਪੜੇ ਕੱਢ ਕੇ ਕੋਈ ਪੁਰਾਣੇ ਪਾ ਲਓ ਲਿਬੜੇ ਜੇ ਮੇਰੇ ਨਾਲ ਉਹਨੂੰ ਐ ਲੱਗੇ ਵੀ ਲਾਪਟੇ ਤੇ ਕੱਪੜੇ ਧੋਣ ਦਾ ਨਾਮ ਨਹੀਂ ਲੈਂਦੀ ਮੈਨੂੰ ਤਾਂ ਬਾਰ-ਬਾਰ ਉਹੀ ਪਾਉਣੇ ਪੈ ਰਹੇ ਨੇ ਹਾਂ ਇਹ ਗੱਲ ਪੁੱਤ ਤੇਰੀ ਜਮਾਂ ਸਹੀ ਐ ਵੀ ਆਪ ਤਾਂ ਚੱਕ ਮੈਂ ਤਾਂ ਚੱਕਵਾ ਪਾਉਂਦੀ ਐ ਤੇ ਮੈਨੂੰ ਸੂਟ ਨਹੀਂ ਦੇਣ ਧੋਕੇ ਦਿੰਦੀ ਹੈਗੀ ਸਹੀ ਗੱਲ ਐ ਪਰ ਚਾਹੀਏ ਦੀ ਹੈ ਨਾ ਹਾਂ ਭਾਜੀ ਨਾਲੇ ਤਾਂ ਉਹ ਸੁਧਰ ਐ ਮੀ ਜਾਊਗਾ ਮੈਨੂੰ ਪਤਾ ਐ ਵੀ ਜਿਹੜੇ ਉਹਦੇ ਲੱਛਣ ਨੇ ਨਾ ਜਾਂ ਉਹਨੂੰ ਰੋਟੀ ਨਹੀਂ ਮਿਲਣੀ ਨਾਲੇ ਤੇਰੇ ਵੱਲ ਦੇਖੂਗਾ ਆਪਣੇ ਆਪ ਸੁਧਰ ਜਾਊਗਾ ਤੇ ਪਰਝਾਈ ਇਹ ਉਹਨੂੰ ਵਿਚਾਰੀ ਕਿੰਨਾ ਸਧਾਰਨ ਤੇ ਲੱਗੇ ਹੋਈ ਐ ਜੇ ਕੋਈ ਹੋਰ ਹੁੰਦੀ ਨਾ ਹੁਣ ਕਿ ਉਹਨੂੰ ਕਦੋਂ ਦੀ ਛੱਡ ਕੇ ਗਈ ਹੁੰਦੀ ਇੱਕ ਵਿਚਾਰੀ ਇਹ ਐ ਦੇਖੋ ਉਹਦੇ ਸਾਹਮਣੇ ਤਾਂ ਵਿਚਾਰੀ ਕੀ ਕੁਛ ਕਰਦੀ ਐ ਤੇ ਮੇਰੀ ਸੇਵਾ ਮੈਂ ਕਹਣਾ ਨਾ ਸਕੀਤੀ ਵੀ ਨਹੀਂ ਉਹਨਾਂ ਕਰਦੀ ਜਿੰਨੇ ਇਹ ਨੂੰ ਹੋ ਕੇ ਮੇਰੀ ਸੇਵਾ ਕਰੀ ਜਾਂਦੀ ਐ ਬਾਜੀ ਉਹ ਤਾਂ ਮੈਂ ਵੀ ਘਰੇ ਗਏ ਨੂੰ ਬੋਲੀ ਆ ਜੱਸੀ ਨੇ ਵੀ ਬੋਲਿਆ ਨਾ ਵੀ ਲਾਪਰੀ ਜੀ ਤਾਂ ਅਸੀਂ ਕੋਈ ਕਸੂਰੇ ਨਹੀਂ ਕੱਢ ਸਕਦੇ ਹੁਣ ਸਾਨੂੰ ਤਾਂ ਪਤਾ ਵੀ ਐ ਕਿੰਨੀ ਸਿਆਣੀ ਨੀ ਹੁਣ ਦੱਸੋ ਉਹਨੂੰ ਕੀ ਕਰੀਏ ਚਾਚੀ ਜੀ ਮੈਂ ਬਾਪੂ ਦੀ ਸੇਵਾ ਨਹੀਂ ਕਰੂੰਗੀ ਹੋਰ ਕੀ ਦੀ ਕਰੂੰਗੀ ਹੋ ਸਾਡੇ ਪਰਿਵਾਰ ਚ ਮੈਂਬਰ ਵੀ ਕੌਣਾ ਹੈ ਹਜਾ ਹੁਣ ਜਿਵੇਂ ਇਹ ਮੈਨੂੰ ਆਪ ਦਿੱਤੀ ਸਮਝਦੇ ਨੇ ਉਹ ਮੈਂ ਇਹਨਾਂ ਨੂੰ ਆਪਦਾ ਪਿਓ ਸਮਝਦੀ ਆ ਉਹੀ ਆ ਪੁੱਤ ਇਹ ਤੋਈ ਪਤਾ ਲੱਗ ਜਾਂਦਾ ਸਿਆਣੇ ਧੀ ਪੁੱਤ ਦਾ ਜਿੱਦਣ ਤੇਰੀ ਮਾਂ ਆਈ ਤੀਗੀ ਤੂੰ ਉਹਦੇ ਨਾਲ ਨਹੀਂ ਪੈਰ ਪੱਟਿਆ ਨਹੀਂ ਐਹ ਜੀ ਕੋਈ ਹੁੰਦੀ ਜਦੇ ਨਾਲ ਤੁਰਪੰਦੀ ਅਗਲੀ ਉਹਦੀ ਚੱਕ ਕੇ ਝੋਲੇ ਚ ਪਾਉਂਦੀ ਚਾਰ ਲੀੜੇ ਚੱਲ ਵੀ ਮੈਂ ਤਾਂ ਮਾਂ ਤੇਰੇ ਨਾਲ ਚੱਲਦੀ ਆ ਪੁੱਤ ਇੱਕ ASCII ਉਹ ਨਹੀਂ ਕਹਿੰਦੇ ਲੋਕ ਵੀ ਇਹੀ ਗੱਲਾਂ ਕਰਦੇ ਨੇ ਵੀ ਕੁੜੀ ਸਿਆਣੀ ਆਈ ਹੋਈ ਐਂਦੇ ਘਰ ਦੇ ਵਿੱਚ ਵੀ ਜਿਹੜਾ ਕੁਛ ਉਹ ਮੁੰਡਾ ਕਰਦਾ ਹੈ ਨਾ ਇੱਕ ਦਿਨ ਦਿਨ ਨਰਹਦੀ ਕੋਈ ਬਗਾਨੀ ਐਂ ਤਾਂ ਫਿਰ ਲੋਕ ਮਾੜੀ ਵੀ ਬਹੁਤ ਕਹਿੰਦੇ ਨੇ ਚਾਚੀ ਬਥੇਰੇ ਕਹਿੰਦੇ ਨੇ ਪੁੱਤ ਨਹੀਂ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਲੋਕ કરી ਜਾਂਦੇ ਨੇ ਹਜੀਆਂ ਪਰ ਮੈਂ ਤਾਂ ਜਿਹੜਾ ਕੋਈ ਸਿਆਣਾ ਬੰਦਾ ਹੁੰਦਾ ਨਾ ਉਹ ਸਿਆਣੀਆਂ ਗੱਲ ਕਰਦਾ ਜਿਹੜੇ ਪੁੱਤ ਸਹੀ ਨੇ ਨਾ ਉਹ ਕਦੇ ਤੈਨੂੰ ਮਾੜਾ ਨਹੀਂ ਕਹਿਣਗੇ ਤੇ ਜਿਹੜੇ ਆਪਦੇ ਜਿਨ੍ਹਾਂ ਦੇ ਹਾਲਾਤ ਇਹ ਜੇ ਨੇ ਉਹ ਜ਼ਰੂਰ ਕਹਿ ਦਿੰਦੇ ਹੁੰਦੇ ਨੇ ਲੈ ਆਪਦੇ ਬਥੇਰੇ ਨੇ ਆਪਦੇ ਮਾਪਿਆਂ ਨੂੰ ਰੋਟੀ ਦਿੰਦੇ ਉਹਨਾਂ ਨੂੰ ਸਾਰੇ ਦੁਹੀਂ ਲੱਗਦੇ ਨੇ ਦੂਜੇ ਵੀ ਸਾਡੇ ਵੀ ਇਹ ਜੇ ਹੋਣਗੇ ਬਾਕੀ ਇਹ ਜਿਹੜੀ ਰੋਟੀ ਵਾਲੀ ਗੱਲ ਹੈ ਨਾ ਇਹ ਬਾਵੇ ਕੋਲ ਨਹੀਂ ਕਰਨੀ ਵੀ ਮੈਂ ਰੋਟੀ ਪਕਾਉਂਦੀ ਨਹੀਂ ਹਾਂ ਪਰ ਕਿਸੇ ਵੀ ਨਾ ਕਿਤੇ ਕਰ ਦੋ ਗੱਲ ਨਹੀਂ ਮੈਂ ਤਾਂ ਆਪੇ ਉਹ ਕਰਦੀ ਆ ਵੀ ਸੁਧਰ ਜਵੇ ਚੰਗਾ ਨਹੀਂ ਲੱਗਦਾ ਇੱਕ ਤਰੀਕਾ ਹੋਰ ਹੈ ਤੁਸੀਂ ਜਾਣ ਕੇ ਢੱਫੜ ਕੇ ਉੱਥੇ ਪੈ ਜਾਓ ਵੀ ਹਾਏ ਜਾਨ ਨਿਕਲ ਗਈ ਰੋਟੀ ਲਿਆ ਦੋ ਰੋਟੀ ਲਿਆ ਦਿਓ ਤੁਸੀਂ ਨਾਟਕ ਕਰੋ ਪੂਰਾ ਮੈਂ ਉਹਨੂੰ ਬੁਲਾ ਕੇ ਲੈ ਕੇ ਆਉਣੀ ਆ ਠੀਕ ਹੈ ਜੇ ਹੁਣੀ ਕੁਝ ਕਰਾਂਗੇ ਤਾਂ ਹੀ ਗੱਲ ਬਣੂਗੀ ਅਥਨ ਤੱਕ ਠੀਕ ਆ ਫਿਰ ਐਂ ਕਰਦਾ ਹੈ ਨਾ ਹੋਰ ਕੀ ਆ ਐਂ ਸੁਧਾਰ ਵੀ ਇਹਨੇ ਨਹੀਂ ਸੁਧਾਰਨਾ ਚੋ ਕਿ ਨੂੰ ਪਤਾ ਡਰਦਾ ਹੋਊ ਕਿਸ ਰਿਸ਼ਤੇਦਾਰ ਦਾ ਤਾਂ ਕੱਟ ਨਹੀਂ ਸਕਦਾ ਉਹਨੂੰ ਪਤਾ ਹੈ ਗਲਤੀਆਂ ਮੇਰੇ ਚ ਨਹੀਂ ਉਹ ਮੈਨੂੰ ਕਹੂਗਾ ਰੋਟੀ ਪਕਾਉਣ ਨੂੰ ਮੈਂ ਕਹੂਗੀ ਮੇਰੀਆਂ ਸ਼ਰਤਾਂ ਮੰਨ ਲੈ ਹੁਣ ਐ ਕਰੀਂ ਭਜਾਈ ਕ ਮੈਂ ਤਾਂ ਭਾਈ ਤੇਰੇ ਮਗਰੋਂ ਵੀ ਸਮਝਾ ਕੇ ਦੇਖ ਲਿਆ ਸਿਰ ਬਾਪੂ ਵੀ ਕਿ ਤੈਨੂੰ ਟੱਕਰੇ ਸੀ ਰਾਜ ਕੀ ਹੈ ਗੇਟ ਤੇ ਖੜਾ ਹੋ ਇਹ ਬਾਹਰ ਨੂੰ ਗਿਆ ਹਾਂ ਕਹਿੰਦਾ ਬਾਈ ਉਹ ਤਾਂ ਜਮਾ ਟਸ ਤੋਂ ਮਸ ਨਹੀਂ ਹੁੰਦੀ ਉਹਨੇ ਤਾਂ ਇਹ ਕਹਿਤਾ ਦੀ ਮੈਂ ਤਾਂ ਸਮਾਂ ਆਪ ਦੀਆਂ ਰੋਟੀਆਂ ਵੀ ਉਹ ਤੋਂ ਪਕਵਾ ਕੇ ਖਾऊं ਤੇਰੇ ਪਿਓ ਤੋਂ ਜਾਂ ਤੂੰ ਪਕਾ ਕੇ ਖਵਾ ਆਪਾਂ ਚਾਚੀ ਨੂੰ ਹਲੇ ਕਿਤੇ ਨਹੀਂ ਜਾਣ ਦੇਣਾ ਤੁਸੀਂ ਉਰੀ ਬੈਠੋ ਬਾਪੂ ਜੀ ਉਹ ਸਾਹਮਣੇ ਮੰਝਾ ਪਿਆ ਤੁਸੀਂ ਜਾ ਕੇ ਪੈ ਕੇ ਨਾ ਉੱਥੇ ਜਾ ਕੇ ਨਾਟਕ ਸ਼ੁਰੂ ਕਰ ਦੋ ਦਰਦ ਹੋਣ ਦਾ ਵਾਹ ਵੀ ਮੇਰੇ ਤਾਂ ਡਿੱਟ ਚ ਦਰਦ ਹੁੰਦਾ ਮੈਨੂੰ ਤਾਂ ਰੋਟੀ ਲਿਆ ਦਿਓ ਇਹ ਇਹ ਠੀਕ ਹੈ ਬੁੱਤ ਤੇਰੀ ਗੱਲ ਮੈਂ ਰੋਲਾ ਪਾਉਂਗੀ ਉਹ ਚੱਲ ਭਾਈ ਆਪਾਂ ਆਪਾਂ ਨੂੰ ਕਿੰਨੇ ਹੀ ਨਾਟਕ ਕਰਨੇ ਪੈ ਜਾਣ ਪਰ ਇਹ ਸੁਧ ਬਾਪੂ ਜੀ ਐਕਟਿੰਗ ਸੋਹਣੀ ਕਰਿਓ ਕੋਈ ਨਾ ਪੁੱਤ ਕੋਈ ਨਾ ਹਾਂ ਫਿਰ ਤੁਹਾਨੂੰ ਵੱਡੀਆਂ ਫਿਲਮਾਂ 'ਚ ਵੀ ਲਵਾਵਾਂਗੇ ਆਪਾਂ ਲੈ ਹੁਣ ਬਾਪੂ ਦੇ ਉਰ ਦਾ ਦਰਦ ਮਤਲਬ ਕਿ ਝੂਠਾ ਮੂਠਾ ਮੈਂ ਪਾਉਂਗੀ ਰੋਲਾ ਠੀਕ ਹੈ ਤੂੰ ਨਾ ਚਾਚੀ ਬਾਪੂ ਕੋਲੇ ਜਾ ਕੇ ਖੜਦੀ ਬੂਵੇਂ ਮਰ ਜਾਇ ਇਹਨਾਂ ਦੀ ਨੂੰ ਕਹੀ ਜੀ ਆ ਗਈ ਰੋਟੀ ਨੀ ਬੁਕਾ ਕੇ ਦਿੰਦੀ ਤੂੰ ਬਸ ਝੂਠੀਆਂ ਮੁੱਠੀਆਂ ਗਾਲਾਂ ਹੀ ਗੜਦੀ ਮੈਨੂੰ ਚਲ ਠੀਕ ਆ ਜਾ ਐਂ ਕਹਦੀ ਮੈਂ ਪਾਈ ਦੇ ਮੈਨੂੰ ਕਹਿਣ ਲੱਗ ਗਿਆ ਵੀ ਤੂੰ ਬਣਾ ਕੇ ਦੇ ਦੇ ਚਾਚੀ ਰੋਟੀ ਫੇਰ ਐ ਕਿਵੇਂ ਦੇ ਦੇ ਝੁੱਗਾ ਚੱਕ ਦਿਓ ਮੈਂ ਲਿਉਣੀ ਆ ਬਲਾ ਕੇ ਬਾਪੂ ਜੀ ਸ਼ੁਰੂ ਚਲ ਮੈਂ ਖੜਦੀ ਆ ਤੁਸੀਂ ਨਾਟਕ ਜਾਂ ਸ਼ੁਰੂ ਕਰ ਦੋ ਗਈ ਲਾਪਰੀਤ ਬਾਵੇ ਨੂੰ ਬੁਲਾਉਣ ਮੜਾ ਨੀਕਾ ਰੱਖੀ ਬਰਦੇ ਨਾ ਨਾ ਮੈਂ ਦੇਖਦੀ ਆ ਹਾਏ ਓਏ ਆਏ ਓਏ ਭੁੱਖਾ ਓਏ ਬਾਵੇ ਓਏ ਓਏ ਉਹ ਤਾਂ ਟੀਟ ਨੇ ਕਿੱਥੇ ਆਇਆ ਜੇ ਨਾਲ ਤੁਸੀਂ ਕਾਨੂੰ ਇੰਨਾ ਦਮ ਨਾਲ ਚੜਾਈ ਜਾਓ ਮੈਂ ਦੇਖਦੀ ਆ ਉਹਨਾਂ ਜੇ ਆਕੇ ਫੇਰ ਰੌਲਾ ਪਾਇਓ ਆਉਂਦਾ ਨਹੀਂ ਗੰਦੇ ਰਹੇ ਓ ਬਾਵੇ ਓਏ ਓ ਮੈਂ ਭੁੱਖਾ ਮਰ ਗਿਆ ਓਏ ਰੋਟੀ ਲਿਆ ਦੇ ਪਤਾ ਨਹੀਂ ਕਿਧਰੇ ਨੰਗੇ ਗਿਆ ਹੋਣਾ ਓਏ ਬਾਵੇ ਆ ਉਹਦੇ ਬੀ ਨਹੀਂ ਆਉਂਦਾ ਕੰਜਰ ਨਾਉ ਕਿੱਥੇ ਲਾਪਰੀਤ ਨਹੀਂ ਦਿਖਦੀ ਮੈਨੂੰ ਤਾਂ ਹੋਏ ਓਏ ਬਾਬਿਆ ਹਾਏ ਓਏ ਹੋਏ ਆਂਦਰਾ ਕੱਠੀਆਂ ਹੋਊਂਗੇ ਚਲੋ ਕਿਹੜਾ ਸੁਣਦੇ ਨੇ ਭਾਜੀ ਤੂੰ ਵੀ ਇਹਦੇ ਪੈਗਾ ਟਿੱਕੇ ਜਦੋਂ ਆਉਣਗੇ ਜਦੋਂ ਰੌਲਾ ਪਾਈ ਹਾਏ ਜਦੋਂ ਆਉਣਗੇ ਮੈਂ ਤੈਨੂੰ ਦੱਸ ਦੂੰ ਦਿਖਦੇ ਨੇ ਮੈਨੂੰ ਸੀਛੇ ਚੀ ਦੂਰੋਂ ਕੋਈ ਨਹੀਂ ਆਉਂਦਾ ਹੈਗਾ ਹੋ ਇਹ ਤਾਂ ਬੇਕਿਰਕ ਹੈਗਾ ਉਦਾਂ ਹੀ ਨਹੀਂ ਪਤਾ ਕਿਸੇ ਪਾਸੇ ਫੋਰ ਨਿਕਲ ਗਿਆ ਹੋਵੇ ਕੀ ਪਤਾ ਨੰਗ ਗਿਆ ਹੋਵੇ ਲਾਪਰੀ ਤਾਂ ਗਈ ਤਾਂ ਹੈਗੀ ਆ ਕਹਿੰਦੀ ਮੈਂ ਕੈਕ ਬੋਲ ਕੇ ਆਉਣੀ ਆ ਉਹਨੂੰ ਪਰ ਮੈਨੂੰ ਨਹੀਂ ਕੋਈ ਦਿਖਦਾ ਨਾ ਲਾਪਰੀ ਤਾਂ ਹੀ ਨਾ ਉਹ ਆਇਆ ਉਹ ਆ ਗਿਆ ਉਹ ਆ ਗਿਆ ਹਾਈ ਓਏ ਓਏ ਉਹ ਮਰ ਗਿਆ ਓਏ ਉਹ ਤਾਂ ਹੀ ਮਰ ਗਿਆ ਓਏ ਛੇਤੀ ਹਾ ਜੋ ਪਤਾ ਨਹੀਂ ਕੀ ਹੋ ਰਿਹਾ ਮੈਨੂੰ ਲੱਗਦਾ ਪੈਂਡਿਕਸ ਦਾ ਦਰਦ ਉੱਠ ਰਿਹਾ ਬਾਪੂ ਦੇ ਤਾਂ ਤੈਨੂੰ ਕਿਹਾ ਤਾਂ ਕਿ ਜੀ ਉਠੀ ਲਾ ਕੇ ਖਵਾ ਦੇ ਭੁੱਖੇ ਗਾਹ ਹੋ ਗਏ ਹੋਗਾ ਮਰਦਾ ਮਰੇ ਮੈਥੋਂ ਨਹੀਂ ਭਗਦੇ ਰੋਟੇ ਖਾਣੇ ਤੁਹਾਡੇ ਨਹੀਂ ਭਗਦੇ ਹੈਗੇ ਛੇਤੀ ਭਗ ਜਾ ਬਾਜੀ ਆ ਗਈ ਆ ਗਈ ਬਾਦੂ ਰੋ ਹਾਈ ਓਏ ਓਏ ਆ ਦੇਖੋ ਬਾਪੂ ਨੂੰ ਪਤਾ ਨਹੀਂ ਕੀ ਹੋ ਰਿਹਾਗਾ ਕਦੋਂ ਦਾ ਬਾਪੂ ਹੋ ਕੀ ਗਿਆ ਤਾ ਦੱਸ ਦੇ ਓਏ ਭੁੱਖ ਓਏ ਓਏ ਕੰਜਰ ਦੱਸ ਭਾਈ ਥੋੜੀ ਸ਼ਰਮ ਜਲੀ ਆਪਣੇ ਬਾਪੂ ਨੂੰ ਰੋਟੀ ਨਹੀਂ ਦੇ ਸਕਦੇ ਤੁਸੀਂ ਅੱਛਾ ਬਾਪੂ ਨੂੰ ਭੁੱਖ ਲੱਗ ਰਹੀ ਹੈ ਮਗ ਤੇ ਪੈਂਡਿੰਗਸ ਦੀ ਨਾੜੀ ਫਟ ਗਈ ਉਹ ਮੈਨੂੰ ਪਹਿਨੀ ਕਿਹਾ ਸੀਗਾ ਵੀ ਭੁੱਖ ਕਾਰਨੋਂ ਸਾਰਾ ਕੁਝ ਭੁੱਖ ਨਾਲ ਐ ਤਾਂ ਨਹੀਂ ਹੁੰਦਾ ਹੁੰਦਾ ਕਿਉਂ ਨਹੀਂ ਹੁੰਦਾ ਹੈਗਾ ਮਰੀ ਜਾਣੀ ਹੁੰਦੀ ਸਾਕੂ ਸੇ ਆਈ ਹੁੰਦਾ ਤੁਸੀਂ ਕਿਹਨੂੰ ਰੋਟੀ ਨਹੀਂ ਦੇ ਸਕਦੇ ਲੋਕ ਤੁਹਾਨੂੰ ਦੱਸ ਕੀ ਕਹਿਣਗੇ ਸੱਚਾ ਕਿ ਮੈਂ ਚਾਹ ਵੀ ਨਹੀਂ ਬਣਾਈ ਹੈਗੀ ਸਵੇਰੇ ਚਾਹ ਵੀ ਨਹੀਂ ਪੀਤੀ ਬਾਪੂ ਨੇ ਲੱਗਦਾ ਓਏ ਕੁੱਤਿਆ ਉਹ ਤੂੰ ਦਾ ਸੋਚ ਲੈਦੇ ਨਹੀਂ ਸੋਚਦੀ ਤਾਂ ਬਾਪੂ ਮੇਰਾ ਕੀ ਕਸੂਰ ਹੈ ਮੈਂ ਤੈਨੂੰ ਕਹੀ ਜੈਨ ਰੋਟੀ ਲਾ ਦੇ ਬਾਪੂ ਦੀ ਜਾਨ ਨਹੀਂ ਮੈਂ ਨਹੀਂ ਲਾਉਂਦੀ ਮੇਰੇ ਕੋਲ ਤਾਂ ਹੁਣ ਮਾਰ ਰੇ ਤਰ ਪਿਆ ਹੈ ਤੈਨੂੰ ਆਪਣੇ ਬਾਪਨਾ ਇੰਨਾ ਹੀ ਪਿਆਰ ਹੈ ਤੂੰ ਆਪ ਬਣਾ ਕੇ ਖਿਲਾ ਦੇ ਕਿਉਂ ਤੂੰ ਤਾਂ ਛਿੱਤਰ ਖਾਣਾ ਉਹ ਤਾਂ ਕਹਾਣਾ ਮੈਂ ਨਹੀਂ ਲਾਈ ਨਾ ਲਮਾ ਮੈਨੂੰ ਇਹਦੇ ਹਾਲੇ ਨਾ ਕੱਢਣ ਦੇ ਕੇ ਬਾਪੂ ਦੀ ਦਰਦ ਕਿੱਥੇ ਹੁੰਦਾ ਨਾ ਤਰੇ ਤਾਂ ਇੰਨੇ ਕਰਦੀ ਆ ਹਏ ਬਾਪੂ ਦੀ ਤਾਂ ਬੜੀ ਦਰਦ ਹੋਈ ਜਾਂਦਾ ਮੈਂ ਨਹੀਂ ਲਾਉਂਦੀ ਰੋਟੀਆਂ ਤੈਨੂੰ ਮੈਂ ਕਿਹੜਾ ਕਹਤਾ ਓਏ ਚੱਤੀ ਕਹੇ ਤੇ ਨਾ ਮੜਾ ਜਾ ਤੂੰ ਭਾਈ ਮੈਂ ਤਾਂ ਕੱਦੀ ਉਹਨੂੰ ਸਮਝਾ ਰਹੀ ਆ ਉਹ ਕਿਤੇ ਮੰਨਦੀ ਆ ਵੀ ਠੀਠ ਹੋਈ ਪਈ ਆ ਕਹਿੰਦੀ ਮੇਤੇ ਨਹੀਂ ਉਹਦਾ ਬਾਪ ਆਪ ਬਣਾ ਕੇ ਦੇਵੇ ਬਾਪੂ ਕੋ ਸੋਰ ਵੀ ਨਹੀਂ ਖਾਂਦਾ ਨਾਲੇ ਰੋਟੀ ਤੋਂ ਬਿਨਾ ਹਾਏ ਖਾ ਲੂਗਾ ਬਾਪੂ ਕੋਚਾ ਲੈ ਕਿਦਾਂ ਮੈਂ ਤੈਨੂੰ ਮੈਂ ਨਾ ਮਾਰਾ ਮੈਨੂੰ ਹਲੇ ਕੋਚਾ ਲੈ ਹੋਰ ਕਿਵੇਂ ਠੀਕ ਹੋਵੇਂਗਾ ਮਰੇ ਜਾਣ ਦੀ ਕੋਲ ਨਹੀਂ ਰੋਟੀ ਦੇਣੀ ਰੋਟੀ ਓਏ ਰੋਟੀ ਰੱਫ ਚ ਲਾ ਦੇ ਕਦੋਂ ਕਰਦੀਆਂ ਯਾਰ ਹਾਰੇ ਕੱਢਦਾ ਤੇਰੇ ਮੈਂ ਓਏ ਤੇਰੇ ਹੱਥ ਟੁੱਟਿਆ ਕੁੱਤੇ ਤੂੰ ਲਾ ਦੇ ਦੋ ਰੋਟੀਆਂ ਬਾਪੂ ਕਦੇ ਲਾਹੀ ਨਹੀਂ ਨਾਉਣੀ ਨਾਉਂਦੀ ਨਹੀਂ ਮੇਰੀ ਕਿਹਨੂੰ ਹੀ ਬਤਾ ਬਰ ਤੇਰਾ ਤਾਂ ਮਗਦਾ ਇੰਨਾ ਕੰਮ ਕਰਦਾ ਜਾ ਜਾ ਕੇ ਲਾ ਦੇ ਮੈਂ ਥੋੜੀ ਨਹੀਂ ਲੈਂਦੀ ਰੋਟੀ ਰੋਟੀ ਚਲ ਬਾਪੂ ਮੈਂ ਦੇਖਦਾ ਕੋਈ ਮੈਂ ਤਾਂ ਖਾਇਆ ਈ ਸੀ ਨਾਲੇ ਚਾਚੀ ਮੜਾ ਧਿਆਨ ਰੱਖੀਂਗਾ ਬਾਪੂ ਕੋਲ ਬੈਠ ਇਹਨੇ ਤਾਂ ਕਹਿਤਾ ਕਿ ਨਹੀਂ ਮਰਦਾ ਮਰੇ ਇਹਨੇ ਤਾਂ ਜਮੀ ਆਪਦਾ ਹੋ ਕਰਤਾ ਹਾਏ ਬਾਪੂ ਜੀ ਤੁਸੀਂ ਤਾਂ ਐਕਟੀ ਵਾਲੀ ਸੋਣੀ ਕਰਦੇ ਹੋ ਵੇਦਿਆ ਕਰਿਆ ਭਾਜੀ ਹੁਣ ਲੋਟਾ ਨੂੰ ਪਤਾ ਹੁਣ ਆਟਾ ਗੁੰਨਣਾ ਜਦੋਂ ਉਹ ਪਿਆ ਫਿਰ ਲੱਗੂ ਪਤਾ ਬਾਪੂ ਜੀ ਨੂੰ بڑا ਆਟਾ ਗੁੰਨਣਾ ਦਾ ਸਾਰਾ ਆਟਾ ਨਡੋਲਦੇ ਬੰਦਾ ਇਹ ਲਾਪਰੀ ਤੇ ਪੁੱਤ ਗੁੱਸਾ ਨਾ ਕਰੀ ਮੇਰੇ ਤੋਂ ਵੀ ਦੋ ਕੋ ਗੱਲਾਂ ਤੈਨੂੰ ਬੋਲ ਹੋ ਗਈਆਂ ਉਹ ਉੱਪਰ ਦਾ ਹੀ ਉਹ ਤਾਂ ਆਪਾਂ ਨਾਟਕ ਕਰਨਾ ਸੀ ਚਾਚੀ ਫਿਰ ਕੀ ਹੈ ਕਿਸੇ ਨੂੰ ਸੁਧਾਰਨ ਵਾਸਤੇ ਜਿਹੜਾ ਨਾਟਕ ਕਰਨਾ ਪਵੇ ਨਾ ਮੇਰਾ ਜੀ ਨਹੀਂ ਕਰਦਾ ਇਹਨੂੰ ਇੰਨੀ ਸਿਆਣੀ ਆ ਨਾ ਇਹਨੂੰ ਬੋਲਣ ਦੀ ਜੀ ਨਹੀਂ ਕਰਦਾ ਬਾਪੂ ਜੀ ਚਲੋ ਆਏ ਆਏ ਬਾਪੂ ਜੀ ਕੀ ਹੋ ਗਿਆ ਛੇਤੀ ਲਾ ਦਿਓ ਜੀ ਰੋਟੀ ਦਰਦ ਵਾਲਾ ਹੋ ਜਾਂਦਾ ਬਾਪੂ ਦੇ ਭੁੱਖ ਨਾਲ ਓਏ ਖੱਲੀ ਧੜ ਗਈ ਓਏ 나ੜ ਦੀ ਓਏ ਭੁੱਖ ਨਾਲ ਗਿਆ ਤਾਂ ਹੈਗਾ ਸੋਈ ਚ ਆ ਜੋ ਜਦੋਂ ਜਦੋਂ ਆ ਗਿਆ ਫਿਰ ਨਾਟਕ ਸ਼ੁਰੂ ਕਰ ਦਿਓ ਵੇ ਦੇਖਦੇ ਆ ਚੱਲ ਚੱਲ ਕਿ ਤੋ ਸਿਆਪਾ ਖੜਾ ਜਨਾਨੀਆਂ ਨੇ ਕਰਿਆ ਮੇਰੇ ਰੋਜ਼ ਆਟਾ ਗੁੰਨਦਾ ਕਰਕੇ ਰੱਖਦਾ ਮੇਰੇ ਮੂਰੇ ਆਟਾ ਛੇਤੀ ਛੇਤੀ ਹੱਥ ਚ ਲਾ ਲੈ ਬਾਪੂ ਦੇ ਦਰਦ ਪਤਾ ਕਿ ਨਾ ਉੱਠ ਰਿਹਾ ਭੁੱਖ ਨਾਲ ਫਿਰ ਉੱਠ ਰਿਹਾ ਫਿਰ ਮੇਰੇ ਕਰਕੇ ਉੱਠ ਰਿਹਾ ਜੇ ਤੂੰ ਰੋਟੀ ਪਕਾ ਕੇ ਦੇ ਦੀ ਟਟਕੇ ਨੂੰ ਬਾਪੂ ਦੇ ਦਰਦ ਉੱਠ ਰਿਹਾ ਨਾ ਜੇ ਆਟਾ ਗੁੰਨਣਾ ਸਿੱਖਿਆ ਹੁੰਦਾ ਨਾ ਆਂ ਦਿਨ ਨਹੀਂ ਆਂ ਕੀ ਕੀਤਾ ਓਏ ਆਪਾਂ ਹੋਰ ਕੀ ਐ ਦੱਸ ਆਂ ਕੀ ਕੀਤਾ ਓਏ ਤੇਰਾ ਵਹਿ ਜਾ ਤੇਰਾ ਬੇੜਾ ਮਲੰਗਦਾ ਇਹ ਜਾਟਾ ਹੁੰਦੇ ਨੂੰ ਗੁੰਨੇਗਾ ਕਿਵੇਂ ਹੋਣਾ ਮੈਨੂੰ ਐ ਦੱਸ ਮੈਂ ਰੋਜ਼ ਗੁੰਨਦਾ ਹੋਰ ਕਿਉਂ ਅੰਦਰ ਪੇਟ ਦਾ ਸੀਗਾ ਵੀ ਤੁਸੀਂ ਰੋਟੀ ਲਾ ਕੇ ਖਵਾ ਦੋ ਬਾਪੂ ਨੂੰ ਮੈਨੂੰ ਨਹੀਂ ਆਉਂਦੀ ਲਾਉਣੀ ਰੋਟੀ ਖਾਲੀ ਚਾਟਾ ਕੌਣ ਗੁੰਨਦਾ ਹੁੰਦਾ ਪ੍ਰਾਤ ਜਗੁੰਨੀ ਦਾ ਹੁੰਦਾ ਕੋਈ ਜਮਾਂ ਹੀ ਦੇਖੀ ਕੀ ਮਰਜ਼ੀ ਕਰ ਇਹਦਾ ਮੈਂ ਪੂੜਾ ਪਕਾ ਦੇ ਬਾਪੂ ਨੂੰ ਭੁੱਖਾ ਨਹੀਂ ਮਾਰਨਾ ਬਾਪੂ ਤਾਂ ਭੁੱਖਾ ਮਰਨ ਵਾਲਾ ਹੋਇਆ ਪਿਆ ਜਿੰਨਾ ਖਵਾਈ ਰੋਟੀ ਨੂੰ ਬਾਪੂ ਨੂੰ ਭੁੱਖਾ ਨਹੀਂ ਮਾਰਨਾ ਜਦੋਂ ਮੈਨੂੰ ਕੁਝ ਕਰਨੇ ਨਹੀਂ ਆਉਂਦਾ ਧਰਨਾ ਨਹੀਂ ਆਉਂਦਾ ਹੈਗਾ ਅਕੇ ਤੂੰ ਰੋਟੀ ਪਕਾ ਲੈ ਇਹ ਥੋੜੀ ਚੰਗੀ ਗੱਲ ਹੈ ਹਾਂ ਤੇਰੀਆਂ ਤਾਂ ਚੰਗੀਆਂ ਗੱਲਾਂ ਨੇ ਨਾ ਜਿਹੜੀ ਫੋਕੀ ਫੁਕਰੀਆਂ ਮਾਰਦਾ ਫਿਰਦਾ ਕੁਛ ਕੱਢਣ ਨੂੰ ਨਹੀਂ ਕੁਛ ਪਾਉਣ ਨੂੰ ਨਹੀਂ ਹੈਗਾ ਪਿਆ ਬੁੱਤਾਂ ਦਾ ਨਿਚਲਾ ਆਟਾ ਗੋਨ ਕੇ ਰੋਟੀ ਪਕਾ ਕੇ ਖਵਾ ਦੇ ਉਹਦੇ ਪਿਆ ਨੂੰ ਜੇ ਮਰ ਗਿਆ ਨਾ ਸਾਰੇ ਪਿੰਡ ਚ ਬੁਲਾਉਂਗੀ ਹੌਕਾ ਦੇ ਕੇ ਵੀ ਇਹਦੇ ਪੁੱਤ ਦੀ ਕਰਤੂਤ ਕਰਕੇ ਬੜਾ ਮਰਿਆ ਮੇਰੀ ਕਰਤੂਤ ਕਰਕੇ ਨਹੀਂ ਤੇਰੀ ਕਰਕੇ ਮਰੂਗਾ ਆਹ ਬੈਠੀ ਐ ਚਾਚੀ ਸਾਹਮਣੇ ਗਵਾ ਇਹ ਹੰਮੀਪੁਰੂ ਮੇਰੇ ਹੱਕ ਚ ਦੱਸ ਚਾਚੀ ਦੱਸ ਮੈਂ ਤਾਂ ਕੋਈ ਨਹੀਂ ਭਾਈ ਤੇਰੀ ਗਵਾਹੀ ਦਿੰਦੀ ਹੈਗੀ ਮੈਂ ਤਾਂ ਲਾਪਰੀ ਤਾਂ ਹੀ ਸਾਥ ਦਊਂਗੀ ਗੱਲ ਤਾਂ ਪੁੱਠੇ ਕੰਮ ਦਾ ਤੂੰ ਕਰਦਾ ਔਰ ਚਾਚੀ ਹੁਣ ਦੇਖ ਤਾਂ ਲੋ ਵੀ ਕਿਹੜੇ ਮੋੜ ਤੇ ਆ ਕੇ ਖੜੇ ਆ ਨਹੀਂ ਮੈਨੂੰ ਆਟਾ ਕੋਈ ਨਾ ਦਾ ਲੈ ਆ ਪਾਣੀ ਵਰਗ ਹੋਇਆ ਪਿਆ ਮੈਨੂੰ ਨਹੀਂ ਪਤਾ ਵੀ ਕਿਵੇਂ ਇਹਦਾ ਹਿਸਾਬ ਕਿਤਾਬ ਹੁੰਦਾ ਤੁਹਾਨੂੰ ਪਤਾ ਨਾ ਪਤਾ ਹੋਵੇ ਚੱਲ ਚਾਚੀ ਅੰਦਰ ਛੇ ਛੇਤੀ ਆਟਾ ਗੁੰਨ ਕੇ ਰੋਟੀ ਪਕਾ ਦੇ ਸਿਰਚ ਪਾਉਂ ਨਹੀਂ ਸਾਰਾ ਘੋਲ ਵਾ ਜਾ ਬੜਾ ਨਾ ਜਾਨੀਆਂ ਨੇ ਲਘੂ ਪੀਤਾ ਯਾਰ ਉਧਰ ਬਾਪੂ ਆ ਵੀ ਜਾ ਕੇ ਗੁਰਦੁਆਰੇ ਮਰ ਲੈਂਦਾ ਖਾ ਲੈਂਦਾ ਰੋਟੀ ਜਿਨੂੰ ਥੋੜੀ ਵੀ ਮੇਰੇ ਗਲੀ ਪਾਣਾ ਇੱਥੇ ਮੈਂ ਤਾਂ ਭੁੱਖੇ ਪੈਣੀ ਕਿਵੇਂ ਸਾਰੀਆਂ ਦਾ ਕਿਵੇਂ ਨਾ ਪਾਣੀ ਦੇ ਸਰ ਤੇ ਗੁੰਨ ਲਓ ਆਟਾ ਆ ਕੇ ਤੁੰਤਾ ਲਾ ਦੇ ਜੋ ਹੋਰ ਆਟਾ ਪਾਣਾ ਕੋਈ ਸੁੱਕ ਆ ਬਣੂ ਕੁਛ ਹਤਾ ਆਪਾਂ ਖਾਣਾ ਲੈ ਜस्सी ਤਾਂ ਕੰਮ ਨਵੇੜ ਕੇ ਪੈ ਵੀ ਗਈ ਐ ਜस्सी ਜੱਸੀ ਹੂੰ ਉੱਠ ਜਾ ਦੇਖੀ ਉਹਨਾਂ ਦੇ ਘਰੇ ਤਾਂ ਭਾਈ ਬਹੁਤ ਜਲੂਸ ਨਿਕਲਿਆ ਪਿਆ ਕਿਉਂ ਕੀ ਹੋ ਗਿਆ ਹੋਰ ਦੇਖ ਤਾਂ ਲੈ ਉਹਦਾ ਆਟਾ ਗੁੰਨਣ ਲੱਗਿਆ ਹੋਇਆ ਪਤਾ ਨਹੀਂ ਕੀ ਵਿੱਚ ਪਾਣੀ ਪਾ ਕੇ ਬਹਿ ਗਿਆ ਉਹ ਲਾਪਰੀਤ ਵੀ ਪੂਰਾ ਹੁਣ ਵੜਕ ਰਹੀ ਆ ਤੇ ਤੈਨੂੰ ਬੋਲਦੀ ਰੋਟੀ ਬਣਾਈ ਨਹੀਂ ਹੈਗੀ ਲਾਪਰੀਤ ਨੇ ਨਾ ਉਹਨੇ ਤਾਂ ਬਣਾਤੀ ਸੀ ਰੋਟੀ ਬਾਪੂ ਨੂੰ ਖਲਾਤੀ ਆਪ ਖਾ ਲਈ ਇਹਨੂੰ ਹੀ ਨਹੀਂ ਦਿੱਤੀ ਰੋਟੀ अच्छा दीपो ਨਾ ਲੱਗ ਰਿਹਾ ਹੈ ਹਾਂ ਆਪਣੀ ਕੀ ਬਾਪੂ ਵੀ ਕਹਿੰਦਾ ਹੁਣ ਸਾਹਮਣੇ ਤਾਂ ਬੋਲ ਰਿਹਾ ਕਹਿੰਦਾ ਇਹਨੂੰ ਇਕਣੇ ਤਾਂ ਸੁਧਰੂਗਾ ਉਹ ਕਹਿੰਦਾ ਰੋਟੀ ਬਣਾ ਕੇ ਦੇ ਰੋਟੀ ਉਹਨੂੰ ਬਣਾਉਣੀ ਨਹੀਂ ਆਉਂਦੀ ਤੈਨੂੰ ਪਤਾ ਆਟਾ ਥਾਲ ਦੇ ਵਿੱਚ ਘੋਲੀ ਖੜਾ ਏ ਪਤਾ ਨਹੀਂ ਭਾਈ ਕੀ ਕਰਦਾ ਕੀ ਨਹੀਂ ਉਹ ਅੱਛਾ ਚਲ ਆ ਜਾ ਮੈਂ ਤਾਂ ਕਹਿੰਦੀ ਤੂੰ ਉੱਥੇ ਨੂੰ ਆ ਜਾ ਹੋਰ ਮੈਂ ਤਾਂ ਹੀ ਆਈਆਂ ਮਾਹ ਮਾੜਾ ਮੁੱਟਾ ਚਲ ਠੰਡਾ ਕਰਦੀ ਉਹ ਤਾਂ ਗਾਟਾ ਠੰਡਾ ਕਿਹਨੂੰ ਕਰਨਾ ਹੋਣਾ ਕੀਨੂੰ ਕਰਨਾ ਹੁਣ ਲਾਪਰੀ ਤੇ ਭਖੀ ਹੋਈ ਆ ਅੱਛਾ ਬੀ ਇਹਨੂੰ ਸੁਧਾਰਨਾ ਆਪਾਂ ਨੇ ਮੇਰੇ ਤਾਂ ਟੂ ਜੀ ਦੁਖੀ ਜਾਂਦੀ ਸੀ ਮੈਂ ਤਾਂ ਪਈ ਸੀਗੀ ਚਾਹ ਦੇਖ ਲੈਣੇ ਉਹ ਤੇ ਮੇਤੋ ਤਾਂ ਆਪਣੀ ਬੋਲ ਹੁੰਦਾ ਤੈਨੂੰ ਪਤਾ ਹੀ ਆ ਹੁਣ ਲੱਗਿਆ ਭਖਿਆ ਪਿਆ ਐ ਲੱਗਿਆ ਹਾਟਾ ਗੁੰਨਣ ਕਹਿੰਦਾ ਹੁਣ ਮੇਤੋ ਨਹੀਂ ਦੱਸ ਬਾਪੂ ਰੋਟੀ ਮੰਗਦਾ ਬਾਪੂ ਕਹਿੰਦਾ ਮੈਨੂੰ ਰੋਟੀ ਬਣਾ ਕੇ ਦੇ ਅੱਛਾ ਚਲ ਦੇਖ ਲੈਣੇ ਫਿਰ ਕੀ ਹੋ ਰਿਹਾ ਆ ਜਾ ਮੈਂ ਕਿਹਾ ਚਲ ਜਸੀ ਨੂੰ ਬੁਲਾ ਕੇ ਲੈ ਕੇ ਆਉਣੀ ਆ ਜੇ ਭਾਈ ਇਹਨਾਂ ਤਾਂ ਹੋ ਹੋ ਜੂਵੇ ਪਰ ਮੈਨੂੰ ਨਹੀਂ ਲੱਗਦਾ ਇਹ ਸੁਧਰੂਗਾ ਠੀਠ ਤਾਂ ਉਹਨਾਂ ਹੀ ਆ ਕੀਪਦਾ ਸੁਧਰ ਜੇ ਜਿਹੜਾ ਲੱਗ ਗਿਆ ਆਟਾ ਗੁੰਨਣ ਤਾਂ ਲੱਗ ਗਿਆ ਪਹਿਲਾਂ ਤਾਂ ਕੁਝ ਵੀ ਨਹੀਂ ਕਰਦਾ ਸੀ ਚਲ ਆ ਬੱਸ ਆ ਜਾ ਪੁੱਤ ਚੱਲ ਆ ਜਾ ਜੱਸੀ ਸਸਤੀ ਘਾਲ ਤਾਇਆ ਸਸਤੀ ਘਾਲ ਠੀਕ ਹੈ ਹਾਂ ਉਹ ਤਾਂ ਠੀਕ ਆ ਬੰਦਾ ਬਹਿ ਜਾ ਹਾਲਤ ਕੀ ਮੈਂ ਤਾਂ ਵਧੀਆ ਲਾਤੀ ਆ ਤੁਸੀਂ ਨੇ ਬੇ ਪੁੱਤ ਇਹ ਸਸਤੀ ਕੀਮਤ ਤਾਂ ਅਰੀ ਧੀ ਨਾਪਰੀ ਤੇ ਨਹੀਂ ਦਿੱਖਿਆ ਮੈਨੂੰ ਅੱਛਾ ਹਾਂ ਉਹਨੇ ਦੱਸੀ ਮੈਨੂੰ ਸਕੀਮ ਇਹ ਵਧੀਆ ਵਧੀਆ ਐਂ ਸੁਧਰੂਗਾ ਉਹ ਉਹ ਕਿਸੇ ਲੋਟ ਕੰਜਰ ਲੋਟ ਦਾ ਨਾਟਕ ਸ਼ੁਰੂ ਕਰ ਦੋ ਆ ਗਿਆ ਆ ਗਿਆ ਪਏ ਪਏ ਤਾਂ ਆ ਬਾਕੀ ਜੀ ਤੁਸੀਂ ਹੋਜੋ ਤੁਸੀਂ ਕੀ ਹੋ ਗਏ ਤੁਹਾਨੂੰ ਆ ਵਸ ਰੋਟੀ ਪਕਾ ਕੇ ਲੈ ਕੇ ਆਉਂਦੇ ਸੀ ਉਹ ਕਿੰਨਾ ਕੁ ਟਾਈਮ ਲਾਉਗਾ ਮੈਂ ਦੱਸਦਾ ਯਾਰ ਮੈਂ ਤੈਨੂੰ ਜੁੜੀ ਪਾ ਦਈਏ ਛੇਤੀ ਕਰ ਬਸ ਇਹੀ ਗੱਲ ਹਾਂ ਤੂੰ ਤੋਕੀਂ ਸਰਦਾ ਜਾ ਜਾ ਛੇਤੀ ਪਕਾ ਕੇ ਲਿਆ ਪਕਾਈ ਆ ਓਏ ਰੋਟੀ ਰੋਜ਼ ਬਕਾਉਣਾ ਮੈਂ ਪਾਣੀ ਨਾਲ ਘਾਟਾ ਕਰੂੰ ਮੈਂ ਮਥੋਂ ਗੱਲ ਸੁਣ ਲੈ ਮਰ ਜੂਗਾ ਤਾਇਆ ਛੇਤੀ ਲਾ ਮਰ ਜਾਂਦੇ ਫਿਰ ਓਏ ਦੇਖ ਦੇਖ ਤੁਸੀਂ ਕਰੋ ਜਾ ਜਾਨੀ ਓਏ ਰੋਟੀ ਕਰੋ ਜਾ ਅਸੀਂ ਕਹਿ ਲਈਏ ਭਾਈ ਤੂੰ ਲਾ ਅਸੀਂ ਕਹਿ ਲਈਏ ਮੈਂ ਨਹੀਂ ਜਾਂਦਾ ਸੀ ਨਾਲੇ ਓਏ ਆਟਾ ਪਾਣੀ ਬਣ ਗਿਆ ਉਹ ਚ ਸੁੱਕਾ ਆਟਾ ਹੋਰ ਪਾ ਓਏ ਪੱਤਰ ਵਰਗਾ ਬਣ ਗਿਆ ਓਏ ਓ ਮੇਰੀ ਗੱਲ ਸੁਣਨਾ ਓਏ ਹਜੇ ਬੇਸ਼ਰਮ ਉਹਨਾਂ ਨੂੰ ਕਹੀ ਜਾਂਦਾ ਓ ਉਹ ਜਿਹਦੇ ਨੂੰ ਪੁੱਤ ਹੈ ਜੇ ਹੁਣ ਉਹ ਗੁਮਾਂਢੀ ਚੋਂ ਦੇਣ ਰੋਟੀਆਂ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਤੈਨੂੰ ਰੋਟੀ ਨਹੀਂ ਦੇ ਸਕਦੇ ਮੈਨੂੰ ਤਾਂ ਕਹੋ ਮੈਂ ਤਾਂ ਉਹਦੀਆਂ ਰੋਟੀਆਂ ਕੁਸ ਕਰ ਲਓ ਤੁਸੀਂ ਵੀ ਇਹੇ ਬਲਦੀਆਂ ਹੋ ਗਈਆਂ ਵੇ ਬਾਬਾ ਗੁਰੂ ਲਾ ਦੇ ਸਾਡੇ ਹੱਥ ਬਣਾ ਲੈ ਲਾ ਦੇ ਬਾਬਾ ਦੀ ਕਿਵੇਂ ਲਾ ਦੇ ਲਾਉਣੇ ਆਉਂਦੀ ਮੈਨੂੰ ਐ ਦੱਸ ਮੈਨੂੰ ਸਿੱਖ ਜਾ ਫਿਰ ਇਹ ਰੱਖ ਦੀ ਨੀ ਭਾਈ ਜੇ ਇਹ ਜੀ ਆਹੇ ਰੋਟੀ ਤਾਂ ਆਪੋ ਬਣਾ ਕੇ ਆਪਣੇ ਬਾਬੂ ਨੂੰ ਖਵਾ ਦੇ ਬਾਬੂ ਤੁੰ ਡਾਕਟਰ ਦੇ ਲੈ ਚਲਦਾ ਮੈਂ ਡਾਕਟਰ ਤੇ ਲੈ ਜੂਗਾ ਰੋਟੀ ਨਹੀਂ ਲਾਉਂਦਾ ਡਾਕਟਰ ਵੀ ਤਾਂ ਕਹੂ ਰੋਟੀ ਖਾਦੀ ਉਹ ਤਾਂ ਟੀਕਾ ਲਾਉਗੇ ਤੇ ਟੀਕਾ ਫੇਰੇ ਲਾਉਂਦਾ ਹੁੰਦਾ ਜੇ ਰੋਟੀ ਖਾਊਗਾ ਫਿਰ ਬਾਬੂ ਘਰ ਤੋਂ ਲੈ ਜਾਣਾ ਇਹ ਤਾਂ ਲਾ ਕੇ ਨਹੀਂ ਦਿੰਦੀ ਮੇਰਾ ਜੂਸ ਕਢਾਤਾ ਸਾਰੇ ਪਿੰਡ ਦੇ ਦੁਬਾਰੇ ਲੈ ਜੂਗਾ ਚੱਪ ਨਾਪਰੀਤ ਕਰਾ ਜੱਜ ਦੀ ਆ ਕਿਵੇਂ ਤਮਾਸ਼ਾ ਦੇਖਦੀ ਆ ਖੜੀ ਥੁੜੇ ਦਾ ਮੈਂ ਨਹੀਂ ਮੈਂ ਤਾਂ ਪਕਾਉਂਦੀ ਨਹੀਂ ਤੁਸੀਂ ਆਪਣੇ ਘਰੇ ਜਾਓ ਕੰਮ ਕਰੋ ਫਿਰ ਵਿਆਹ ਵੇਲੇ ਕਿਵੇਂ ਕਹਿੰਸੀ ਕਿ ਰੋਟੀਆਂ ਲਾ ਲਿਆ ਬੇ ਗੱਲ ਸੁਣਾ ਗੱਲ ਸੁਣਾ ਸੁਬਾਹ ਹੁੰਦੀ ਨਾ ਤੈਨੂੰ ਤਾਂ ਕਹਿਦਾ ਵੀ ਨਹੀਂ ਸੀ ਮੈਂ ਰੋਟੀਆਂ ਚੱਲ ਆਏ ਕਰ ਪੁੱਤ ਜਿਹੇ ਜਿਹੇ ਬਣਦੀਆਂ ਨੇ ਉਹ ਜਿਹੇ ਬਣਾ ਕੇ ਆਪਣੇ ਬਾਪ ਨੂੰ ਖਰਾ ਲਾ ਭਾਈ ਅਸੀਂ ਬਣਾ ਕੇ ਦੇਵਾਂਗੇ ਅਸੀਂ ਨਾ ਅਸੀਂ ਪਰ ਤੁਹਾਡੇ ਕਲੇਸ਼ ਚ ਕੀ ਕਰਨੂ ਆਵਾਂਗੇ ਨਾਲ ਰੋਟੀਆਂ ਬਣਾ ਕੇ ਦੇਵਾਂਗੇ ਕੱਲੂ ਤੁਸੀਂ ਇੱਕ ਹੋ ਜਾਣਾ ਅੱਛਾ ਆਪ ਦੇ ਕਦੇ ਕੰਮ ਕਰਾਂਗੇ ਤੁਹਾਡੀ ਕਰੇ ਕਰਕੇ ਜਾਵਾਂਗੇ ਮਾਰ ਮਾਰ ਕੇ ਮਾਰ ਕੇ ਬਣਾ ਦੇ ਜੈ ਜੀਆਂ ਬਣਦੀਆਂ ਨੇ ਪੁੱਤ ਹੁਣ ਅਸੀਂ ਤੈਨੂੰ ਵੀ ਕੀ ਕਹੀਏ ਬੰਦਈ ਬਣਾ ਦੇ ਦੇ ਤਾਪੂ ਜੀ ਮੈਂ ਤਾਂ ਰੋਟੀ ਪਕਾਉਂਦੀ ਨਹੀਂ ਜਿੱਦੇ ਜਾ ਕੇ ਖਾਣੀਆਂ ਖਾਇਓ ਹਏ ਉਹ ਮਾਰ ਦਿਓ ਫਿਰ ਮੈਨੂੰ ਹਾਂ ਚਿਹਰ ਦੇ ਦਿਓ ਪਰ ਨਾ ਗੱਲ ਸੁਣਾਉਣੀ ਜਾਣੇ ਕਿਦੇ ਖਾਣੇ ਜਾਊਗਾ ਤੁਰੇ ਤਾਂ ਜਾਂਦਾ ਨਹੀਂ ਵਿਚਾਰੇ ਤੋਂ ਅਸੀਂ ਕਿਉਂ ਖਵਾਈਏ ਬਈ ਸਾਡਾ ਤਾਂ ਕੋਰਾ ਜਵਾਬ ਹੈ ਆ ਵੀ ਮੈਣਾ ਮਾਰਤਾ ਰਾਤ ਖਵਾਤੀ ਆਪਾਂ ਨੇ ਹੁਣ ਮੈਣੇ ਮਾਰ ਦਿਆ ਸੀ ਕਾਨੂੰ ਤੁਹਾਡੇ ਨਾਲ ਪੰਗੇ ਲੰਮਾ ਆ ਆ ਫੜਿਆ ਉਹਨਾਂ ਤਾਂ ਜਦੋਂ ਮੇਰੀ ਗੱਲ ਸੁਣੋ ਮਾ ਮੈਨੂੰ ਲੌਣ ਹੀ ਨਹੀਂ ਆਉਂਦੀ ਕੋਈ ਇੰਤਜ਼ਾਮ ਕਰਦੇ ਚੱਲ ਬੁੱਤ ਦੇ ਦੇ ਇਹਨੂੰ ਰੋਟੀ ਦੀ ਪੁਰਕੀ ਸਾਤਾ ਫੇਰ ਬੋਲ ਹੋ ਜਾਣਾ ਇੱਕੋ ਪਤਾ ਲੱਗ ਗਿਆ ਵੀ ਇਹਨਾਂ ਦੀ ਕਿਹੜੇ ਕਿਹੜੇ ਨਾ ਬਣਦੀ ਐ ਹੋ ਸਕੇ ਤਾਂ ਇਹ ਚਾਚੇ ਜਵਾਬ ਦੇ ਜੀਂਦੇ ਨੇ ਰੋਟੀ ਨੂੰ ਤੁਹਾਨੂੰ ਨੰਗਾ ਨੂੰ ਹੋਰ ਕਿਹੜਾ ਖਵਾਊਗਾ ਨਹੀਂ ਨਹੀਂ ਰੋਟੀ ਕਿੱਥੋਂ ਲਾਗੇ ਜਿਹਨੂੰ ਵਿਆਹ ਕੇ ਲੈ ਕੇ ਆ ਜਦੋਂ ਉਹ ਹੀ ਨਡਕਾ ਤੋੜਦੀ ਹੈਗੀ ਤੇ ਤੇ ਦੇ ਲਾ ਕੇ ਰੋਟੀਆਂ ਤੂੰ ਲਾ ਦੇ ਨਾ ਭਾਬੀ ਤੈਨੂੰ ਦੱਸ ਕੀ ਹੋਇਆ ਇੱਥੇ ਕਹਿਣ ਜਰੂਰ ਆ ਕੀ ਲਾ ਦੇ ਰੋਟੀਆਂ ਲਾ ਦੇ ਰੋਟੀਆਂ ਘਰੇ ਲਾਈਆਂ ਪੀਂਦੇ ਦੋ ਦੋ ਚੱਕ ਲੈਉਂਦੀ ਸਾਡੇ ਤਾਂ ਜੇ ਮੇਰੇ ਸਹੁਰਾ ਹੋਂ ਤਾਂ ਮਤਬ ਬਥੇਰੀਆਂ ਲਾਲਾ ਬਾਹ ਦੇਦੀ ਤਮਾਸ਼ਾ ਦੇ ਦੇ ਤਮਾਸ਼ਾ ਨਹੀਂ ਕਰਦਾ ਮੈਂ ਮੇਰੇ ਮਾਤੇ ਨੂੰ ਸਾਡੀ ਰੋਟੀ ਲਾ ਕੇ ਲੈ ਕੇ ਵੀ ਨਾ ਆਇਓ ਹਾਂ ਅਸੀਂ ਕਿਉ ਲਾਏ ਹੈਗੇ ਤੇਰਾ ਤੂੰ ਮਾਰਨ ਨੂੰ ਫਿਰਦੀ ਮੇਰੇ ਬਾਪ ਨੂੰ ਇਹ ਚਾਹੁੰਦੀ ਆ ਵੀ ਮਰ ਜੇ ਮਰ ਜਾਣ ਦੇ ਆ ਦੇਖ ਲੈ ਬਾਪੂ ਕੀ ਸੋਚ ਕੇ ਬਹਿ ਕੇ ਲੱਗੇ ਐਸੀ ਤਰ੍ਹਾਂ ਅੱਜ ਕੀ ਗੋਲ ਖੜਿਆ ਰਹੀ ਐ ਓਏ ਕੰਦਰੋ ਉਹ ਤੁਸੀਂ ਜਿਲੀ ਦਾ ਹੋ ਕੇ ਮੈਨੂੰ ਰੋਟੀ ਵੀ ਲਾ ਕੇ ਦੇਓਗੇ ਕਿੱਥੋਂ ਲਾ ਕੇ ਦੇ ਦੀਏ ਦੱਸ ਤਾਂ ਸਾਨੂੰ ਓ ਲਾਪ੍ਰੀਤ ਭਾਈ ਰੋਟੀ ਦਿੰਦੇ ਨਹੀਂ ਮੈਨੂੰ ਬਾਪੂ ਜੀ ਮੇਰੇ ਤੋਂ ਦੋ ਹੱਥ ਮੰਨੇ ਮੈਂ ਤਾਂ ਨਹੀਂ ਰੋਟੀ ਦੇ ਸਕਦਾ ਹੁਣ ਗੱਲ ਸੁਣ ਲੈ ਪੁੱਤਿਆ ਮੈਨੂੰ ਗੱਲ ਸੁਣਨਾ ਹੁਣ ਹੁਣ ਮੈਂ ਰੋਟੀ ਨਾ ਕਿਸੇ ਦੇ ਘਰੇ ਜਾ ਕੇ ਖਾऊं ਤੇ ਸੁੱਡੀ ਸਾਰੇ ਪਿੰਡ ਤੇ ਬਦਨਾਮੀ ਕਰੂੰ ਵੀ ਮੇਰੇ ਨੂੰਹ ਪੁੱਤ ਮੈਨੂੰ ਰੋਟੀ ਨਹੀਂ ਪਕਾ ਕੇ ਦਿੰਦੇ ਹੁਣ ਸੋਨੂੰ ਮੈਂ ਬਾਪੂ ਮੈਂ ਤਾਂ ਲਾ ਕੇ ਦੇ ਦਿੰਦੇ ਜੋ ਆਉਂਦੀ ਹੁੰਦੀ ਆ ਨੂਹ ਚ ਹੀ ਤੇਰੀ ਜੀ ਨੁਕਸਾ ਹੈ ਜੇ ਮੈਂ ਆ ਕੇ ਦੇ ਦੇ ਕਿਉਂ ਤੁਸੀਂ ਬੇਇੱਜ਼ਤੀ ਕਰਾਉਂਦੇ ਹੋ ਭਾਈ ਲਾਪਰੇ ਦੇ ਦੇ ਤੂੰ ਵੀ ਬੜੀ ਠੀਕ ਜਾਂਦੀ ਮੈਂ ਦਿੰਦੀ ਮਤਲਬ ਠੀਕ ਹਾਂ ਹੁਣ ਹੁਣ ਸੁੱਡੀ ਪਿੰਡ ਤੇ ਮੈਂ ਕਰੂੰ ਬਦਨਾਮੀ ਦਾ ਚੱਕਰਾ ਕੇ ਡਿੱਗ ਜਾਗਾ ਇੱਥੇ ਹਾਏ ਹਾਏ ਹੁਣ ਛੋਟੀ ਬਦਨਾਮੀ ਕਰੂੰ ਹੁਣ ਮੈਂ ੱੱੱੱੱੱੱੱੱ ਮੈਂ ਕਿਸੇ ਦੇ ਮੰਗ ਤੇ ਰੋਟੀ ਖਾਣੂ ਬਾਪੂ ਲਾ ਆ ਜਾ ਮੇਰੀ ਰੋਟੀ ਦੇ ਦੇ ਮੈਂ ਬਾਹਰੋਂ ਥੇ ਲਿਆਉਣਾ ਨਾ ਜਾ ਬਾਹਰ ਕਿੱਥੇ ਪਾਸੇ ਹਾਏ ਵੇ ਬਾਹਰ ਤਾਇਆ ਹੌਲੀ ਖਾਏ ਕਿਸਦੇ ਜਾ ਕੇ ਨੂ ਮੇਰੇ ਨੂੰ ਦਾ ਪਤਾ ਕਾਹਨੂੰ ਸੁਣਦਾ ਨਾਲੇ ਮੇਰੇ ਸੁਣਨ ਨਾਲੇ ਬਾਹਰ ਜਾਊਗਾ ਇਹ ਆਹ ਦੇਖ ਲਾ ਜਾਊਗਾ ਈ ਜੇ ਮੇਰੇ ਬਾਪੂ ਕਿਸਦੇ ਘਰ ਜਾ ਕੇ ਰੋਟੀ ਖਾ ਆਇਆ ਨਾ ਤੇ ਕਿਸੇ ਨੇ ਮੈਨੂੰ ਮਿਹਣਾ ਮਾਰਤਾ ਵੀ ਸਾਡੇ ਖਾ ਕੇ ਆਇਆ ਫਿਰ ਹਸਾਬ ਲਈ ਤੇ ਨਾ ਬਣਦਾ ਕੀ ਹਾਂ ਕੀ ਬਣੂਗਾ ਕੀ ਬਣਜੂਗਾ ਤੂੰ ਗੱਲ ਸੁਣਾ ਉਹ ਤਾਂ ਘਟਗਾਊਗਾ ਮੈਂ ਵੀ ਗਾ ਕੇ ਆਉਂਗੀ ਨਾਲੇ ਮੇਰੀ ਬੀਬੀ ਵੀ ਗਾ ਕੇ ਆਉਗੀ ਜੀਨੇ ਗਾਉਂਗਾ ਉਹਦਾ ਚੋਕਲ ਖੋਰ ਉਹਦਾ ਗਾਉਂਦੀ ਆਉਂਗੀਆਂ ਹਾਂ ਮੈਂ ਤਾਂ ਟੱਸ ਤੋਂ ਮੱਸ ਨਹੀਂ ਹੁੰਦੀ ਮੈਂ ਨਾ ਰੋਟੀ ਅੱਜ ਪਕਾਵਾਂ ਨਾ ਪਕਾਵਾਂ ਕੱਲ ਚਾਹੇ ਮੈਥੋਂ ਪੰਚਾਇਤ ਚ ਕਹਾ ਲਓ ਭਾਈ ਅਸੀਂ ਤਾਂ ਆਪ ਨਹੀਂ ਕਹਿੰਦੇ ਅਸੀਂ ਕਾਨੂੰ ਕਿਸੇ ਦੀਆਂ ਗੱਲਾਂ ਕਰ ਰਹੇ ਹਾਂ ਸਿੱਧੇ ਮੱਥੇ ਤਰਾਗ ਭਾਲਦੀ ਫਿਰ ਮੇਰੀ ਗੱਲ ਮੁੰਡਿਆ ਤੂੰ ਵੀ ਨਹੀਂ ਆਪਣੀ ਆੜੀ ਪਾਂਦਾ ਹੈਗਾ ਮਾੜੀ ਮੋਟੀ ਜੇ ਤੂੰ ਕਰ ਲਿਆ ਦੇਖ ਲੈ ਹੁਣ ਤੁਹਾਡੀ ਬੇਇੱਜ਼ਤੀ ਹੋ ਜਾਣੀ ਆ ਉਹ ਕੰਮ ਤਾਂ ਕਰੀ ਜਾਂਦਾ ਚਾਚੀ ਨਾ ਨਾ ਨਿਕਲ ਜੋ ਗਣੀ ਤੂੰ ਰਹਿਣਾ ਹੈਗਾ ਪਿੰਡ ਚ ਉਹ ਇਹਦਾ ਸਿਆਪਾ ਸੜ ਗਿਆ ਮੈਨੂੰ ਲੋਕਾਂ ਦਾ ਕੀ ਕਰਾਂ ਮੈਂ ਤੈਨੂੰ ਉਹ ਜਿਹੜੀ ਤੂੰ ਕਹਿੰਦਾ ਨਾ ਮੇਰੀ ਇੱਜ਼ਤ ਬਣੀ ਹੋਈ ਆ ਲੋਕ ਮੈਨੂੰ ਐਂ ਕਹਿੰਦੇ ਨੇ ਹੁਣ ਦੇਖੀ ਲੋਕ ਤੂੰ ਤੂੰ ਕਰਨਗੇ ਵੀ ਬਾਪ ਨੂੰ ਰੋਟੀ ਨਹੀਂ ਦੇ ਸਕਦੇ ਚੱਲ ਪੁੱਤ ਆਪਾਂ ਵੀ ਚੱਲੀਏ ਇਹਨਾਂ ਦਾ ਕੀ ਆ ਉਹਨਾਂ ਆਜਾ ਅੱਜ ਤਾਂ ਬਾਹਰ ਨਾ ਸਾਡੇ ਘਰੇ ਆ ਇਹ ਨਾਲ ਹਾਂ ਅਗਰ ਸਾਡਾ ਫੈਸਲਾ ਕਰਾ ਦਿਓ 3600 ਗੱਲ ਤੁਸੀਂ ਸਾਨੂੰ ਸੁਣਾ ਜੰਨੇ ਹੋ ਉਹ ਤਾਂ ਬਾਅਦ ਵਿੱਚ ਹੋ ਗਿਆ ਉਹ ਕੰਮ ਜਦ ਗੱਲ ਗਲਤ ਹੋ ਗਈ ਥੋੜਾ ਜਿਹਾ ਧਿਆਨ ਨਾਲ ਚੱਲਣਾ ਪੋਗਾ